ਸੇ ਅਰਜਨ ਗੁਰੂ ਬਰ ਸ਼੍ਰੀ ਹਰਿ ਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਚਵਰ ਛਤਰ ਤਖਤ ਦੇ ਮਾਲਕ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਹਾਜ਼ਰਾ ਹਜ਼ੂਰ ਜਹਰਾ ਜਹੂਰ ਸਰਬ ਕਲਾ ਭਰਪੂਰ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਨਾਲ ਸਭ ਸਿੱਖ ਸੰਗਤ ਦੋਵੇਂ ਹੱਥ ਜੋੜ ਕੇ ਉਚਾਰਨ ਕਰੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਵਿੱਤਰ ਹਾਜ਼ਰੀ ਵਿੱਚ ਸੱਜ ਕੇ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਵਿੱਤਰ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਰਹੇ ਸੀ। ਆਓ ਬੜੇ ਪਿਆਰ ਨਾਲ ਸਾਰੀ ਸੰਗਤ ਦਾਸ ਦੀ ਆਪਣੀ ਹਾਜ਼ਰੀ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਲਵਾਓ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ। ਹਜ਼ੂਰ ਗਰੀਬ ਨਵਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸ੍ਰੀ ਅਨੰਦਪੁਰ ਸਾਹਿਬ ਜੀ ਦੀ ਧਰਤੀ 'ਤੇ ਸੱਜ ਕੇ ਕਈ ਪ੍ਰਕਾਰ ਦੇ ਕੌਤਕ ਚੋਜ ਕਰ ਰਹੇ ਹਨ। ਉਹ ਕਥਾ ਆਪ ਜੀ ਬੜੇ ਪਿਆਰ ਨਾਲ ਸਾਧ ਸੰਗਤ ਜੀ ਸਰਵਣ ਕਰ ਰਹੇ ਹੋ। ਕਵੀ ਗੁਰੂ ਸਾਹਿਬ ਜੀ ਦੇ ਕੋਲੋਂ ਕਈ ਤਰ੍ਹਾਂ ਦੇ ਪ੍ਰਸ਼ਨ ਪੁੱਛਦੇ ਹੈ, ਮਹਾਰਾਜ ਉਹਨਾਂ ਕਵੀਆਂ ਨੂੰ ਉਹਨਾਂ ਦੇ ਉੱਤਰ ਦਿੰਦੇ ਨੇ। ਸ੍ਰੀ ਜਪਜੀ ਸਾਹਿਬ ਜੀ ਦੀ ਮਹਿਮਾ ਪਿਛਲੇ ਦਿਨਾਂ ਵਿੱਚ ਆਪ ਜੀ ਨੇ ਬੜੇ ਪਿਆਰ ਦੇ ਨਾਲ ਸੁਣੀ ਸੀਗੀ। ਜਪਜੀ ਸਾਹਿਬ ਜੀ ਦਾ ਪਾਠ ਕੀਤਿਆਂ ਬਹੁਤ ਕੁਝ ਮਿਲਦਾ ਹੈ। ਤਿੰਨ ਵਾਰ ਗੁਰੂ ਸਾਹਿਬ ਜੀ ਨੇ ਸ਼ਬਦ ਉਚਾਰਿਆ ਸੀ, ਸ੍ਰੀ ਜਪਜੀ ਸਾਹਿਬ ਅਨਮੋਲ ਰਤਨ ਹਨ, ਜਪਜੀ ਸਾਹਿਬ ਜੀ ਅਨਮੋਲ ਰਤਨ ਹਨ, ਜਪਜੀ ਸਾਹਿਬ ਜੀ ਅਨਮੋਲ ਰਤਨ ਹਨ। ਇਹ ਸਾਰੀ ਕਥਾ ਆਪ ਜੀ ਨੇ ਸੁਣੀ। ਇਹਦੇ ਤੋਂ ਬਾਅਦ ਆਪ ਜੀ ਨੇ ਸਰਵਣ ਕੀਤਾ। ਸਿੱਖਾਂ ਨੇ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਮੁੰਡਨ ਕਰਨ ਦੀ ਜਿਹੜੀ ਮਹਾਰਾਜ ਮਰਜ਼ਾਦਾ ਹੈ ਇਹ ਕਦੋਂ ਤੋਂ ਆਰੰਭ ਹੋਈ ਹੈ? ਕਿਉਂਕਿ ਹਿੰਦੂ ਕੁਝ ਹੋਰ ਹੁੰਦੇ ਨੇ, ਮੋਨੇ ਕੁਝ ਹੋਰ ਹੁੰਦੇ ਨੇ। ਸਾਧ ਸੰਗਤ ਜੀ, ਮੋਨਾ ਉਹਨੂੰ ਕਹਿੰਦੇ ਨੇ ਜਿਹਨੇ ਮੁੰਡਨ ਕਰਾਇਆ ਹੋਵੇ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਸਾਰੀ ਗੱਲ ਦੱਸੀ, ਕਿਵੇਂ ਕਿਵੇਂ ਰਾਜੇ ਦੇ ਮਨ ਵਿੱਚ ਸੰਸਾ ਪੈਦਾ ਹੋਇਆ। ਨੰਦ ਰਾਜੇ ਦੇ ਖਾਨਦਾਨ ਵਿੱਚੋਂ ਰਾਜਾ ਸੀਗਾ, ਜਿਨ੍ਹਾਂ ਦਾ 1500 ਸਾਲ ਧਰਤੀ 'ਤੇ ਰਾਜ ਰਿਹਾ। ਉਸ ਰਾਜੇ ਦੇ ਅੰਦਰ ਫੁਰਨਾ ਪੈਦਾ ਹੋਇਆ, ਉਹਨੇ ਸਾਰੇ ਰਾਜੇ ਹੀ ਆਪਣੇ ਰਾਜ ਭਾਗ ਵਿੱਚੋਂ ਬਾਹਰ ਕੱਢ ਦਿੱਤੇ। ਰਾਜੇ ਬ੍ਰਾਹਮਣਾਂ ਕੋਲ ਪੁਕਾਰ ਕਰਨ ਗਏ, ਮੰਤਰਾਂ ਦੀਆਂ ਸਿੱਧੀਆਂ ਕਰਨ ਵਾਸਤੇ ਗਏ। ਸਤਿ ਸੰਗਤ ਜੀ, ਰਾਜੇ ਨੂੰ ਪਤਾ ਲੱਗਾ, ਉਹਨੇ ਆਪਣੇ ਵਜ਼ੀਰਾਂ ਦੇ ਨਾਲ ਸਲਾਹ ਕੀਤੀ। ਵਜ਼ੀਰ ਕਹਿਣ ਲੱਗੇ ਜੇ ਬ੍ਰਾਹਮਣ ਇਹਨਾਂ ਦੇ ਸਿਰ ਤੋਂ ਕੇਸ ਕੱਟ ਦਿੱਤੇ ਜਾਣ ਤਾਂ ਮੰਤਰ ਤਾਂ ਪੜਨਗੇ ਪਰ ਬਹੁਤਾ ਅਸਰ ਨਹੀਂ ਹੋਵੇਗਾ, ਕਿਉਂਕਿ ਕੇਸਾਂ ਦੇ ਨਾਲ ਸਰੀਰ ਨੂੰ ਐਨਰਜੀ ਪ੍ਰਾਪਤ ਹੁੰਦੀ ਹੈ। ਸਤਿ ਸੰਗਤ ਜੀ, ਜਦੋਂ ਕੱਟੇ ਜਾਂਦੇ ਨੇ ਵੱਡੇ ਹੋਣ ਵਾਸਤੇ ਮੁੜ ਸਰੀਰ ਦੀ ਐਨਰਜੀ ਲੱਗ ਜਾਂਦੀ ਹੈ। ਜਿਹੜੇ ਸਿਰ ਦੇ ਕੇਸ ਨੇ ਇਹ ਚੰਗੀਆਂ ਵਾਈਬ੍ਰੇਸ਼ਨ ਨੂੰ ਆਪਣੇ ਵਿੱਚ ਖਿੱਚਦੇ ਹੈ,
ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਦੱਸਿਆ, ਉਹਨੇ ਸਾਰੇ ਬ੍ਰਾਹਮਣ ਇਕੱਠੇ ਕੀਤੇ, ਸਾਰਿਆਂ ਦੇ ਕਈਆਂ ਦੇ ਜ਼ਬਰਦਸਤੀ ਕਟਵਾ ਦਿੱਤੇ ਗਏ, ਜਿਹੜੇ ਨਹੀਂ ਮੰਨੇ ਉਹਨਾਂ ਨੂੰ ਜਾਨੋਂ ਹੀ ਮਾਰ ਦਿੱਤਾ ਗਿਆ ਸੀਗਾ। ਕੁਝ ਸਲੋਕ ਗ੍ਰੰਥਾਂ ਦੇ ਵਿੱਚ ਉਹਨੇ ਐਸੇ ਪਵਾ ਦਿੱਤੇ ਜਿਨ੍ਹਾਂ ਵਿੱਚ ਇਹ ਗੱਲ ਸਲੋਕਾਂ ਵਿੱਚ ਕਹੀ ਗਈ, ਕੇਸ ਕਟਾਉਣਾ ਧਰਮ ਹੈ, ਕੇਸਾਧਾਰੀ ਹੋ ਕੇ ਭਗਤੀ ਕਰਨਾ, ਰੱਬ ਦੇ ਬਖਸ਼ੇ ਹੋਏ ਸਰੂਪ ਅਨੁਸਾਰ ਭਗਤੀ ਕਰਨਾ, ਇਹਦਾ ਜ਼ਿਆਦਾ ਲਾਭ ਹੈ, ਜ਼ਿਆਦਾ ਫਲ ਹੈ। ਰੱਬ ਦੇ ਬਖਸ਼ੇ ਹੋਏ ਸਰੂਪ ਦੇ ਨਾਲ ਛੇੜਖਾਨੀ ਕਰਨੀ, ਮਹਾਰਾਜ ਕਹਿੰਦੇ ਸਾਬਤ ਸੂਰਤ ਰੱਬ ਦੀ, ਇਹ ਰੱਬ ਨੇ ਬਖਸ਼ੀ ਹੋਈ ਜਿਹੜੀ ਸਾਬਤ ਸੂਰਤ ਹੈ, ਇਹਨੂੰ ਭੰਨਣ ਵਾਲਾ, ਛੇੜਖਾਨੀ ਕਰਨ ਵਾਲੇ ਨੂੰ ਬੇਈਮਾਨ ਸੱਚੇ ਪਾਤਸ਼ਾਹ ਨੇ ਆਖਿਆ ਹੈ। ਸੋ ਕੇਸਾਧਾਰੀ ਹੋ ਕੇ ਬੰਦਗੀ ਕਰਨ ਦਾ ਬੜਾ ਵੱਡਾ ਪ੍ਰਤਾਪ ਹੈ, ਬੜਾ ਵੱਡਾ ਲਾਭ ਹੈ। ਜਿਹੜਾ ਅਸਲ ਸਰੂਪ ਹੈ ਸਾਧ ਸੰਗਤ ਜੀ, ਉਹ ਕੇਸਾਂ ਵਾਲਾ ਹੈ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨੇ ਵਾਹਿਗੁਰੂ ਜੀ ਦਾ ਸਰੂਪ ਵੀ ਲਿਖ ਦਿੱਤਾ ਜੀ, ਸਰਗੁਣ ਸਰੂਪ ਦੀ। ਜੇ ਮਹਾਰਾਜ ਸੱਚੇ ਪਾਤਸ਼ਾਹ ਗੱਲ ਕਰਨ ਲੱਗੇ ਤਾਂ ਸੋਹਣੇ ਲੱਕ ਸੋਹਣੇ ਨੱਕ ਜਿਨ ਲੰਮੜੇ ਵਾਲਾ, ਉਹ ਵਾਹਿਗੁਰੂ ਜੀ ਲੰਮੇ ਵਾਲਾਂ ਵਾਲੇ ਨੇ, ਭਾਵ ਸਰਗੁਣ ਸਰੂਪ ਦੀ ਗੱਲ ਕੀਤੀ ਸੱਚੇ ਪਾਤਸ਼ਾਹ ਨੇ। ਇਸ ਕਰਕੇ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੇ ਇਹ ਸਾਰੀ ਕੁੰਡੀ ਖੋਲ੍ਹ ਦਿੱਤੀ। ਕਦੋਂ ਤੋਂ ਮੁੰਡਣ ਦੀ ਪ੍ਰਕਿਰਿਆ ਆਰੰਭ ਹੋ ਗਈ, ਉਸ ਪ੍ਰਕਿਰਿਆ ਦੇ ਅਨੁਸਾਰ ਬ੍ਰਾਹਮਣਾਂ ਨੇ ਫਿਰ ਇਹ ਕਹਿਣ ਦੀ ਬਜਾਏ ਕਿ ਭਾਈ ਸਾਡੇ 'ਤੇ ਜ਼ੁਲਮ ਹੋਇਆ, ਅਤਿਆਚਾਰ ਹੋਇਆ, ਉਹਨਾਂ ਨੇ ਆਪ ਤਾਂ ਕੇਸ ਕਟਵਾਏ ਸਨ, ਉਹਨਾਂ ਨੇ ਲੋਕਾਂ ਵਿੱਚ ਵੀ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ, ਉਹਨਾਂ ਦੇ ਪ੍ਰਚਾਰ ਕਰਕੇ ਹੀ ਫਿਰ ਕਹਿਣ ਲੱਗੇ ਸਾਰੇ ਲੋਕ ਮੁੰਡਣ ਕਰਵਾਉਣ ਲੱਗ ਪਏ। ਪਰ ਕੇਸਾਧਾਰੀ ਹੋ ਕੇ ਭਗਤੀ ਕਰਨ ਵਿੱਚ ਜ਼ਿਆਦਾ ਲਾਭ ਹੈ। ਅੱਜ ਵੀ ਜਿਹੜੇ ਸਿਆਣੇ ਡਾਕਟਰ ਨੇ, ਸਾਇੰਟਿਸਟ ਨੇ, ਜਿਨ੍ਹਾਂ ਨੂੰ ਕੇਸਾਂ ਦੀ ਮਹਾਨਤਾ ਪਤਾ ਹੈ, ਸਾਧ ਸੰਗਤ ਜੀ, ਉਹ ਭਾਵੇਂ ਕਿਸੇ ਵੀ ਧਰਮ ਵਿੱਚ ਹੋਣ, ਭਾਵੇਂ ਹਿੰਦੂ ਹੋਣ, ਭਾਵੇਂ ਮੁਸਲਮਾਨ ਹੋਣ, ਭਾਵੇਂ ਈਸਾਈ ਹੋਣ, ਉਹ ਆਪਣੇ ਕੇਸ ਨਹੀਂ ਕਟਾਉਂਦੇ। ਕਿਉਂ? ਉਹਨਾਂ ਨੂੰ ਇਹਦੀ ਮਹਾਨਤਾ ਦਾ ਪਤਾ ਲੱਗ ਗਿਆ। ਪਰਮੇਸ਼ਰ ਨੇ ਬੇਲੋੜੀ ਚੀਜ਼ ਕੋਈ ਵੀ ਸਰੀਰ ਨੂੰ ਨਹੀਂ ਲਾਈ ਜੀ। ਹਰ ਚੀਜ਼ ਦਾ ਬੜਾ ਮਹੱਤਵ ਹੈ, ਹਰ ਚੀਜ਼ ਦਾ ਬੜਾ ਮਹੱਤਵ ਹੈ। ਸੋ ਆਪ ਜੀ ਇਹ ਕਥਾ ਬੜੇ ਪਿਆਰ ਦੇ ਨਾਲ ਆਪ ਜੀ ਨੇ ਸਰਵਣ ਕੀਤੀ ਸੀਗੀ। ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਅਨੰਦਪੁਰ ਸਾਹਿਬ ਵਿੱਚ ਬੈਠੇ ਹੈ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸਿੰਘ ਕਹਿਣ ਲੱਗੇ, ਮਹਾਰਾਜ ਬਹੁਤ ਦਿਨ ਹੋ ਗਏ ਹੈ ਬਾਹਰ ਸ਼ਿਕਾਰ 'ਤੇ ਨਹੀਂ ਗਏ, ਤੁਰਨ ਫਿਰਨ ਨਹੀਂ ਗਏ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਨੂੰ ਪਤਾ ਲੱਗਾ, ਬਹੁਤ ਜ਼ਿਆਦਾ ਸਿੱਧ ਇਕੱਠੇ ਹੋ ਕੇ ਸੂਰਜ ਗ੍ਰਹਿਣ ਦੇ ਉੱਤੇ ਥਾਨੇਸਰ ਦੇ ਵਿੱਚ ਪਹੁੰਚ ਰਹੇ ਹੈ। ਹਜ਼ੂਰ ਗਰੀਬ ਨਵਾਜ ਜੀ ਨੇ ਫੁਰਨਾ ਬਣਾਇਆ, ਭਾਈ ਉਸ ਤੀਰਥ 'ਤੇ ਜਾਇਆ ਜਾਵੇ ਅਤੇ ਤੀਰਥ 'ਤੇ ਜਾ ਕੇ ਉਹਨਾਂ ਨਾਲ ਬਚਨ ਬਲਾਸ ਕੀਤੇ ਜਾਣ। ਹੁਣ ਮਹਾਰਾਜ ਤੀਰਥ 'ਤੇ ਚੱਲੇ ਹੈ ਤਾਂ ਕਿ ਉੱਥੇ ਤੀਰਥਾਂ 'ਤੇ ਜਿਹੜੇ ਲੋਕ ਵੱਸ ਰਹੇ ਹੈ ਉਹਨਾਂ ਨੂੰ ਦਰਸ਼ਨ ਹੋਣ ਗੁਰੂ ਜੀ ਦੇ, ਉਹਨਾਂ ਦਾ ਭਲਾ ਹੋਵੇ। ਸੋ ਹੁਣ ਆਪਾਂ ਅੱਗੋਂ ਕਥਾ ਸਰਵਣ ਕਰੀਏ। ਦੋਵੇਂ ਹੱਥ ਜੋੜ ਕੇ ਪ੍ਰੇਮ ਨਾਲ ਕਹੋ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਗਮਨੇ ਪ੍ਰਭ ਅਸਵਾਰੀ ਛੜੀ। ਹਜ਼ੂਰ ਗਰੀਬ ਨਵਾਜ ਜੀ ਦਾ ਪਰਿਵਾਰ ਨਹੀਂ ਨਾਲ ਗਿਆ, ਸਿੰਘ ਨਾਲ ਨੇ ਸੱਚੇ ਪਾਤਸ਼ਾਹ ਦੇ। ਮਹਾਰਾਜ ਗਰੀਬ ਨਵਾਜ ਦੇ ਤੀਰਥ ਵਾਲੇ ਪਾਸੇ ਜਾ ਰਹੇ ਹਨ। ਹਾਂਜੀ, ਪ੍ਰੇਰ ਤੁਰੰਗ ਬਾਗ ਕਰ ਫੜੀ। ਗਰੀਬ ਨਵਾਜ ਜੀ ਨੇ ਘੋੜੇ ਨੂੰ ਪ੍ਰੇਰਿਆ, ਪਹਿਲਾਂ ਘੋੜੇ 'ਤੇ ਸੱਜੇ ਬਾਗ ਫੜੀ, ਘੋੜੇ ਨੂੰ ਚੱਲਣ ਵਾਸਤੇ ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੇ ਪ੍ਰੇਰਿਆ। ਮੰਜ਼ਲ ਦੂਰ ਕੀ ਕਰਤ ਸਿਧਾਰੇ। ਦੂਰ ਸੀਗੀ ਮੰਜ਼ਲ ਸਾਧ ਸੰਗਤ ਜੀ ਅਤੇ ਮਹਾਰਾਜ ਗਰੀਬ ਨਵਾਜ ਜੀ ਨੇ ਥਨੇਸਰ ਜਾਣਾ, ਸ੍ਰੀ ਅਨੰਦਪੁਰ ਸਾਹਿਬ ਜੀ ਤੋਂ ਥਨੇਸਰ ਜਾਣਾ ਹੈ। ਮੰਜ਼ਲ ਦੂਰ ਹੈ, ਥਨੇਸਰ ਹਰਿਆਣੇ ਵਾਲੇ ਪਾਸੇ ਹੈ ਸਾਧ ਸੰਗਤ ਜੀ। ਦੂਰ ਮੰਜ਼ਲ ਸੀਗੀ, ਸਮਾਂ ਸਵਾਇਆ ਹੈ,
ਗਰੀਬ ਨਵਾਜ ਜੀ ਛੇਤੀ ਛੇਤੀ ਸੱਚੇ ਪਾਤਸ਼ਾਹ ਜੀ ਸਿੰਘਾਂ ਦੇ ਨਾਲ ਸਫ਼ਰ ਕੀਤਾ। ਗ੍ਰਹਿਣ ਵਿਖੇ ਦਿਨ ਅਲਪ ਵਿਚਾਰੇ, ਤੇ ਕਿਉਂ ਸਮਾਂ ਥੋੜ੍ਹਾ ਰਹਿ ਗਿਆ ਸੀਗਾ, ਇਸ ਕਰਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਛੇਤੀ ਪਹੁੰਚ ਰਹੇ। ਗ੍ਰਹਿਣ ਵਾਲੇ ਦਿਨ ਤੀਰਥ ਪੂਰਾ ਭਰਦਾ ਸੀਗਾ, ਉਸ ਦਿਨ ਮਾਧਾ ਸੱਚੇ ਪਾਤਸ਼ਾਹ ਨੇ ਉੱਥੇ ਪਹੁੰਚਣਾ ਸੀਗਾ। ਜਿਸ ਥਲ ਮਹਿ ਤੀਰਥ ਸਮਦਾਏ, ਨਗਰ ਥਨੇਸਰ ਮਹਿ ਚੱਲ ਆਏ। ਤੇ ਚੱਲਦਿਆਂ ਚੱਲਦਿਆਂ ਕਰਦਿਆਂ ਕਰਦਿਆਂ ਹਜ਼ੂਰ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਥਨੇਸਰ ਦੀ ਧਰਤੀ 'ਤੇ ਪਹੁੰਚੇ ਹਨ। ਇੱਥੇ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਵੀ ਗਏ ਸਨ। ਇਹਦੇ ਲਾਗੇ ਲਾਗੇ ਕਈ ਪਿੰਡ ਸਨ ਜਿੱਥੇ ਮਹਾਰਾਜ ਸੱਚੇ ਪਾਤਸ਼ਾਹ ਨੇ ਜਾ ਕੇ ਬੜਿਆਂ ਦਾ ਭਲਾ ਕੀਤਾ ਸੀਗਾ। ਹਾਂਜੀ, ਥਨੇਸਰ ਦੇ ਵਿੱਚ ਦੱਖਣ ਵਾਲੇ ਪਾਸੇ ਤੀਰਥ ਹੈ ਜਿੱਥੇ ਬੜੇ ਲੋਕ ਇਕੱਠੇ ਹੋਏ ਨੇ। ਹਾਂਜੀ, ਡੇਰੇ ਹਿੱਤ ਚਾਹਿਤ ਭੇਤ, ਹਰ ਕੋਈ ਦੱਖਣ ਵਾਲੇ ਪਾਸੇ ਡੇਰਾ ਲਾਉਣਾ ਚਾਹੁੰਦਾ, ਆਸਣ ਲਾਉਣਾ ਚਾਹੁੰਦਾ, ਵੀ ਤੀਰਥ ਦੇ ਲਾਗੇ ਹੀ ਸਾਡੀ ਰਿਹਾਇਸ਼ ਹੋਵੇ। ਹਾਂਜੀ, ਉਤਰੇ ਪੁੰਜ ਤੀਰ ਨਰ ਨਾਰੀ, ਮੇਲਾ ਭਇਓ ਗ੍ਰਹਿਣ ਕੋ ਭਾਰੀ। ਜਦੋਂ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਤੀਰਥ 'ਤੇ ਪਹੁੰਚੇ, ਸਤਿਗੁਰੂ ਜੀ ਦਾ ਮਕਸਦ ਕੁਝ ਹੋਰ ਸੀਗਾ। ਇਹ ਨਾ ਹੁਣ ਸੋਚ ਲਈਏ ਮਹਾਰਾਜ ਤੀਰਥ 'ਤੇ ਗਏ ਆ ਸੂਰਜ ਗ੍ਰਹਿਣ 'ਤੇ ਅਤੇ ਸਾਨੂੰ ਵੀ ਜਾਣਾ ਚਾਹੀਦਾ। ਉੱਥੇ ਤਾਂ ਮਹਾਰਾਜ ਕਈ ਰੋਲਦਿਆਂ ਦੀਆਂ ਬਾਹਾਂ ਫੜਨ ਗਏ ਸਨ ਸਾਧ ਸੰਗਤ ਜੀ, ਕਈਆਂ ਦਾ ਭਲਾ ਕਰਨ ਗਏ ਸਨ ਮਹਾਰਾਜ ਸੱਚੇ ਪਾਤਸ਼ਾਹ। ਗਰੀਬ ਨਵਾਜ ਜਦੋਂ ਥਨੇਸਰ ਪਹੁੰਚੇ, ਸੂਰਜ ਗ੍ਰਹਿਣ ਦਾ ਮੇਲਾ ਪੂਰਾ ਭਰਿਆ ਹੋਇਆ ਸੀ। ਉਰੇ ਨਗਰ ਤੇ ਭਰੀ ਜਮਾਤ, ਜੇ ਜੋਗੀ ਜਗ ਮੈਂ ਬਖਿਆਤ। ਮਹਾਰਾਜ ਘੋੜੇ ਤੇ ਬੈਠੇ, ਗੁਰੂ ਸਾਹਿਬ ਵੀ ਮੇਲੇ ਵਿੱਚ ਵਿਚਰ ਰਹੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ। ਇੱਕ ਪਾਸੇ ਉਰਲੇ ਪਾਸੇ ਜੋਗੀਆਂ ਦੀ ਜਮਾਤ ਹੀ ਬੈਠੀ ਸੀਗੀ ਸਾਰੀ ਜੀ, ਸਿਰਤ ਜੋਗੀ ਜੋਗੀਆਂ ਦੀ ਜਮਾਤ ਹੀ ਸਾਰੀ ਇੱਕ ਪਾਸੇ ਬੈਠੀ ਸੀਗੀ। ਔਰ ਉਹ ਜੋਗੀ ਜਗਤ ਵਿੱਚ ਬੜੇ ਪ੍ਰਸਿੱਧ ਸਨ ਜੀ, ਉਸ ਸਮੇਂ ਬੜੇ ਪ੍ਰਸਿੱਧ ਸਨ ਸਿੱਧ। ਸਾਰਿਆਂ ਨੂੰ ਪਤਾ ਸੀਗਾ ਵੀ ਇੱਧਰ ਸਿੱਧ ਬੈਠੇ, ਇੱਧਰ ਜੋਗੀ ਬੈਠੇ ਆ। ਹਾਂਜੀ, ਮਦਨ ਨਾਥ ਸਭ ਵਿਖੇ ਮਹੰਤ, ਉਹ ਜਿਹੜੀ ਜਮਾਤ ਉੱਥੇ ਮੇਲੇ ਉੱਤੇ ਪਹੁੰਚੀ ਸੀਗੀ, ਉਹਨਾਂ ਦਾ ਜਿਹੜਾ ਮਹੰਤ ਸੀਗਾ ਭਾਈ ਸੰਤੋਖ ਸਿੰਘ ਜੀ ਲਿਖਦੇ, ਉਹਦਾ ਨਾਮ ਸੀ ਮਦਨ ਨਾਥ। ਹਾਂਜੀ, ਤਿੰਨ ਦੇਖੇ ਆਵਤ ਭਗਵੰਤ, ਮਦਨ ਨਾਥ ਨੇ ਵੇਖਿਆ ਉਹ ਘੋੜੇ 'ਤੇ ਕੌਣ ਆ ਰਿਹਾ, ਨਾਲ ਬੜੀਆਂ ਫੌਜਾਂ ਨੇ। ਅਤੇ ਮਦਨ ਨਾਥ ਨੇ ਜਦੋਂ ਉੱਠ ਕੇ ਵੇਖਿਆ ਤਾਂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦਰਸ਼ਨ ਹੋਏ ਜੀ ਉਹਨੂੰ ਜੀ। ਮਦਨ ਨਾਥ ਵੇਖ ਕੇ ਪ੍ਰਸੰਨ ਹੋਇਆ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਆ ਰਹੇ ਨੇ, ਗੁਰੂ ਜੀ ਦੀਆਂ ਸਿਫਤਾਂ ਬੜੀਆਂ ਸੁਣੀਆਂ ਸੀ ਉਹਨੇ ਜੀ। ਮਦਨ ਨਾਥ ਜੀ ਉਸੇ ਵੇਲੇ ਤਿੰਨ ਦੇਖੇ ਆਵਤ ਭਗਵੰਤ, ਮਦਨ ਨਾਥ ਨੇ ਵੇਖਿਆ ਸਿੱਧ ਨੇ ਗਰੀਬ ਨਵਾਜ ਸਾਡੀ ਜਮਾਤ ਵਾਲੇ ਪਾਸੇ ਆ ਰਹੇ ਹੈ। ਆਗੇ ਹੋਏ ਮਿਲਿਓ ਤਿਸ ਬਾਰੀ, ਉਹ ਫਿਰ ਉਹਨੇ ਆਪਣਾ ਫਰਜ਼ ਜਾਣਿਆ। ਇੱਥੋਂ ਪਤਾ ਲੱਗਦਾ ਹੈ ਇਹ ਸਿੱਧ ਹੰਕਾਰੀ ਨਹੀਂ, ਇਹ ਨਿਮਰਤਾ ਵਾਲਾ ਸੀਗਾ। ਗੱਜ ਕੇ ਆਖੋ ਵਾਹਿਗੁਰੂ, ਅਤੇ ਨਿਮਰਤਾ ਵਾਲਿਆਂ ਨੇ ਖੁਸ਼ੀਆਂ ਲੈ ਲੈਣੀਆਂ ਹੁੰਦੀਆਂ ਜੀ। ਮਦਨ ਨਾਥ ਆਪ ਉੱਠਿਆ, ਆਪਣੇ ਚੇਲਿਆਂ ਨੂੰ ਲਿਆ ਗਰੀਬ ਨਵਾਜ ਜੀ ਨੂੰ ਲੈਣ ਵਾਸਤੇ, ਆਪੇ ਹੀ ਅੱਗੇ ਹੋ ਕੇ ਤੁਰ ਪਿਆ ਜੀ ਉਹ ਸਿੱਧ। ਹਾਂਜੀ, ਮੁੱਖ ਆਦੇਸ਼ ਆਦੇਸ਼ ਉਚਾਰੀ, ਤੇ ਅੱਗੇ ਜਾ ਕੇ ਹੱਥ ਜੋੜ ਕੇ ਆਦੇਸ਼ ਆਦੇਸ਼ ਆਖਿਆ ਜੀ। ਜਿਵੇਂ ਆਪਾਂ ਸਤਿ ਸ੍ਰੀ ਅਕਾਲ ਕਹਿੰਦੇ ਹਾਂ, ਫਤਿਹ ਬੁਲਾਉਂਦੇ ਹਾਂ, ਹਿੰਦੂ ਵੀਰ ਨਮਸਕਾਰ ਕਹਿੰਦੇ ਹੈ, ਸਿੱਧਾਂ ਵਿੱਚ ਜਦੋਂ ਕਿਸੇ ਨੂੰ ਮਿਲਦੇ ਆਦੇਸ਼ ਆਦੇਸ਼ ਕਰਦੇ ਹੈ। ਮਦਨ ਨਾਥ ਆਪਣੇ ਚੇਲਿਆਂ ਸਮੇਤ ਮਹਾਰਾਜ ਦੇ ਦਰਸ਼ਨ ਕਰਕੇ ਸਤਿਗੁਰੂ ਜੀ ਨੂੰ ਆਦੇਸ਼ ਆਦੇਸ਼ ਕਰਨ ਲੱਗ ਪਿਆ। ਮਹਾਰਾਜ ਸ੍ਰੀ ਜਪਜੀ ਸਾਹਿਬ ਵਿੱਚ ਜਿੱਥੇ ਸਿੱਧਾਂ ਦੀਆਂ ਪੌੜੀਆਂ ਆਉਂਦੀਆਂ, ਸਿੱਧਾਂ ਨੂੰ ਸਮਝਾਉਂਦੇ ਕਹਿੰਦੇ ਭਾਈ ਆਦੇਸ਼ ਦਿਸ਼ਾ ਆਦੇਸ਼ ਕਿਨੂੰ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ। ਉਹ ਸੱਚੇ ਪਾਤਸ਼ਾਹ ਜੀ ਨੂੰ ਆਦੇਸ਼ ਆਦੇਸ਼ ਕਰਨ ਲੱਗੇ। ਹਾਂਜੀ, ਖਰੇ ਭਏ ਅਵਲੋਕ ਗੁਸਾਈ, ਸਤਿਗੁਰੂ ਗਰੀਬ ਨਵਾਜ ਜੀ ਨੇ ਘੋੜਾ ਰੋਕ ਲਿਆ,
ਮਹਾਰਾਜ ਨੇ ਸਭ ਸਿੱਧਾਂ ਨੂੰ ਆਪ ਵੇਖਿਆ ਮੇਲੇ ਵਿੱਚ। ਹਾਂਜੀ, ਸਤਿਗੁਰ ਕੋ ਆਦੇਸ ਬੁਲਾਈ। ਸਤਿਗੁਰੂ ਜੀ ਨੂੰ ਬੜੇ ਪਿਆਰ ਨਾਲ ਸਾਰੇ ਸਿੱਧ ਹੱਥ ਜੋੜ ਕੇ ਸਿਰ ਝੁਕਾ ਕੇ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੂੰ ਆਦੇਸ ਆਦੇਸ ਕਹਿ ਰਹੇ ਹੈ। ਹਾਂਜੀ, ਪੁੰਨ ਜੋਗੀ ਨੇ ਬੂਝਣ ਕਰੇ, ਗੱਜ ਕੇ ਆਖੋ ਵਾਹਿਗੁਰੂ। ਤੇ ਮੁਖੀ ਦਾ ਕੀ ਨਾਮ ਸੀ ਭਲਾ ਜੀ? ਮਦਨ ਨਾਥ। ਮਦਨ ਨਾਥ ਨੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਹੱਥ ਜੋੜ ਕੇ ਪੁੱਛਿਆ, ਬੁਰਕਾ ਸ਼ੇਰਨ ਕੋ ਤਨ ਧਰੇ। ਮਹਾਰਾਜ, ਇਹ ਜਿਹੜਾ ਸਰੀਰ ਤੇ ਬਾਣਾ ਆਪ ਜੀ ਨੇ ਪਹਿਨਿਆ, ਇਹ ਮਹਾਰਾਜ ਸੂਰਮਿਆਂ ਵਾਲਾ ਬਾਣਾ ਹੈ। ਵੇਖੋ ਨਾ ਜੀ, ਕਲਗੀ ਲਗਾਉਣੀ, ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਕਲਗੀ ਨਹੀਂ ਲਗਾਈ ਜੀ, ਛੇਵੇਂ ਪਾਤਸ਼ਾਹ ਮਹਾਰਾਜ ਨੇ ਕਲਗੀ ਲਾਈ ਸੀਗੀ, ਫਿਰ ਸੱਤਵੇਂ ਪਾਤਸ਼ਾਹ, ਅੱਠਵੇਂ ਪਾਤਸ਼ਾਹ, ਕਦੀ ਕਦੀ ਨੌਵੇਂ ਪਾਤਸ਼ਾਹ ਵੀ ਲਾਉਂਦੇ ਹੁੰਦੇ ਸੀਗੇ, ਅਤੇ ਦਸਵੇਂ ਪਾਤਸ਼ਾਹ ਮਹਾਰਾਜ, ਕਿਉਂਕਿ ਉਹਦੇ ਤੋਂ ਬਾਅਦ ਮਰਜ਼ਾਦਾ ਜਿਹੜੀ ਸੀਗੀ, ਨਈ ਰੀਤਿਕ ਰਣ ਕੀ ਕੀਜੈ, ਇਹ ਵੀ ਮਰਜ਼ਾਦਾ ਬਣ ਗਈ। ਮਹਾਰਾਜ, ਇਹ ਜਿਹੜਾ ਬਾਣਾ ਤੁਸੀਂ ਪਹਿਨੇ ਹੈ, ਮਹਾਰਾਜ ਸ਼ਸਤਰ ਸਜਾਏ ਹੈ, ਗਾਤਰੇ ਸ੍ਰੀ ਸਾਹਿਬ ਹੈ ਵੱਡੀ, ਮੋਢੇ 'ਤੇ ਮਹਾਰਾਜ ਸੱਚੇ ਪਾਤਸ਼ਾਹ, ਇੱਕ ਬੰਨੇ ਕਮਾਨ ਹੈ, ਹੱਥ ਵਿੱਚ ਧਨੁਸ਼ ਹੈ, ਮਹਾਰਾਜ ਇਹ ਬਾਣਾ ਸੂਰਮਿਆਂ ਵਾਲਾ ਪਹਿਣਿਆ ਆਪ ਜੀ ਨੇ। ਹਾਂਜੀ, ਕਰਨੀ ਸਿੱਧੋਂ ਕੀ ਸ਼ੁਭ ਧਾਰੀ। ਪਰ ਸਾਨੂੰ ਪਤਾ ਹੈ ਮਹਾਰਾਜ, ਬਾਣਾ ਤੁਸੀਂ ਮਹਾਰਾਜ ਸੂਰਮਿਆਂ ਵਾਲਾ ਪਾਇਆ, ਇਉਂ ਲੱਗਦਾ ਹੁਣੇ ਹੀ ਕਿਸੇ ਨਾ ਕਿਸੇ ਨੂੰ ਮਾਰ ਦੇਣਾ, ਸੰਘਾਰ ਕਰ ਦੇਣਾ, ਪਰ ਜਿਹੜਾ ਤੁਹਾਡਾ ਮਨ ਹੈਗਾ ਨਾ, ਜਿਹੜੀ ਤੁਹਾਡੀ ਕਰਨੀ ਹੈ, ਉਹ ਮਹਾਰਾਜ ਸਿੱਧ ਪੁਰਸ਼ਾਂ ਵਾਲੀ, ਭਾਵ ਰੱਬ ਦੇ ਪਿਆਰਿਆਂ ਵਾਲੀ ਹੈ, ਅੰਦਰ ਮਹਾਰਾਜ ਬ੍ਰਹਮ ਗਿਆਨੀਆਂ ਵਾਲਾ ਹੀ ਹੈ। ਸੰਗਤ ਜੀ, ਜਿਹੋ ਜਿਹੇ ਬੰਦਾ ਕੱਪੜੇ ਪਾਉਂਦਾ ਹੈ ਨਾ ਆਮ ਬੰਦਾ, ਉਹਦੇ 'ਤੇ ਉਹੋ ਜਿਹਾ ਅਸਰ ਹੋਣਾ ਸ਼ੁਰੂ ਹੋ ਜਾਂਦਾ ਜੀ। ਸਤਿਗੁਰੂ ਗਰੀਬ ਨਵਾਜ ਜੀ ਦੇ ਉੱਤੇ ਇਹ ਗੱਲ ਨਹੀਂ ਹੈਗੀ ਜੀ। ਮਹਾਰਾਜ ਬਸਤਰ ਕੋਈ ਵੀ ਪਹਿਨੇ ਹੋਣ, ਅੰਦਰੋਂ ਗੁਰੂ ਜੋਤ ਹੀ ਹੈ। ਮਹਾਰਾਜ ਉਹ ਜਿਹੜੀ ਵਿਚਲੀ ਜੋਤ ਹੈ ਗੁਰੂ ਨਾਨਕ ਦੇਵ ਜੀ ਦੇ ਸ਼ਾਂਤ ਸਰੂਪ ਵਾਲੀ, ਮਹਾਰਾਜ ਉਹ ਤਾਂ ਤੁਹਾਡੀ ਉਵੇਂ ਹੀ ਹੈ, ਪਰ ਉੱਤੋਂ ਤੁਸੀਂ ਸੂਰਮਿਆਂ ਵਾਲਾ ਬਾਣਾ ਪਹਿਨ ਲਿਆ ਹੁਣ। ਹਾਂਜੀ, ਤੁਮਰੀ ਅਦਭੁਤ ਬਾਤ ਵਿਚਾਰੀ। ਇਹ ਮਹਾਰਾਜ, ਅਸੀਂ ਤੁਹਾਡੀ ਅਦਭੁਤ ਬਾਤ ਵਿਚਾਰਨ ਵਿਚਾਰੀ ਹੈ। ਗੁਰੂ ਨਾਨਕ ਸਾਹਿਬ ਜੈਸੇ ਸ਼ਾਂਤ ਸਰੂਪ ਸਨ, ਵੈਸੇ ਉਹਨਾਂ ਦੇ ਕੱਪੜੇ ਵੀ ਸ਼ਾਂਤ ਸਰੂਪ ਸਨ, ਪਰ ਮਹਾਰਾਜ ਤੁਸੀਂ ਜਿਹੜਾ ਕਾਰਜ ਕੀਤਾ, ਇਹ ਉਹਨਾਂ ਤੋਂ ਥੋੜ੍ਹਾ ਹਟ ਕੇ ਵੱਖਰਾ ਹੈ, ਅੰਦਰੋਂ ਤਾਂ ਤੁਸੀਂ ਵੀ ਸ਼ਾਂਤ ਸਰੂਪ ਹੋ, ਪਰ ਮਹਾਰਾਜ ਕੱਪੜੇ ਸੂਰਮਿਆਂ ਵਾਲੇ ਪਾਏ ਆ ਆਪ ਜੀ ਨੇ। ਹਾਂਜੀ, ਤਬ ਕਲਗੀ ਧਰ ਬਹੁ ਸਨਮਾਨਾ, ਤੇ ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਜੀ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਜਾਣ ਗਏ, ਮਹਾਰਾਜ ਨੂੰ ਪਤਾ ਹੈ ਵੀ ਇਹ ਕੋਈ ਸਾਨੂੰ ਸਵਾਲ ਨਹੀਂ ਕਰਨ ਦਿਆ, ਇਹ ਸ਼ਰਧਾ ਵਾਲਾ ਬੰਦਾ, ਤੇਰੇ ਮਨ 'ਚ ਚਲੋ ਗੱਲ ਆ ਗਈ, ਦੱਸ ਦਿੰਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਨੇ ਆਖਿਆ, ਸੁਣੋ ਨਾਥ ਜੀ ਕੀਨ ਬਖਾਨਾ। ਮਹਾਰਾਜ ਕਹਿੰਦੇ, ਨਾਥ ਜੀ ਸਾਡੀ ਗੱਲ ਸੁਣੋ ਫਿਰ। ਹਾਂਜੀ, ਤੁਰਕ ਗੁਫਤਾਰ ਅਧਿਕ ਜਗ ਮਾਹੀ। ਮਹਾਰਾਜ ਕਹਿੰਦੇ, ਇਸ ਜਗਤ ਵਿੱਚ ਸਭ ਆਮ ਲੋਕਾਂ ਉੱਤੇ ਇਸ ਸਮੇਂ ਤੁਰਕ ਬਹੁਤ ਜ਼ੁਲਮ ਕਰ ਰਹੇ ਨੇ। ਔਰੰਗਜ਼ੇਬ ਬਾਦਸ਼ਾਹ ਕਿੰਨਾ ਜ਼ੁਲਮ ਕਰ ਰਿਹਾ ਸੀ, ਇਕੱਲੀ ਸਿੱਖਾਂ ਦੀ ਗੱਲ ਥੋੜ੍ਹੀ ਮਹਾਰਾਜ ਕਰਨ ਦੇ ਹੈ, ਹਿੰਦੂ ਵੀਰਾਂ 'ਤੇ ਕਿੰਨਾ ਜ਼ੁਲਮ ਕੀਤਾ, ਸਭ ਮੰਦਰ ਢਵਾ ਦਿੱਤੇ ਸੀਗੇ ਜੀ ਉਹਨੇ ਜੀ, ਮੰਦਰ ਢਾ ਕੇ ਅਤੇ ਮਸੀਤਾਂ ਬਣਾ ਦਿੱਤੀਆਂ ਗਈਆਂ ਸਨ, ਜਿਹੜਾ ਨਹੀਂ ਸੀ ਮੰਨਦਾ ਉਹਨੂੰ ਮਾਰ ਦਿੰਦਾ ਸੀਗਾ ਜੀ। ਮਹਾਰਾਜ ਕਹਿੰਦੇ, ਨਾਥ ਜੀ ਇਸ ਸਮੇਂ ਤੁਰਕ ਬੜਾ ਅਨਿਆਂ ਕਰਨ ਦਾ, ਜ਼ੁਲਮ ਕਰਨ ਦਾ ਇਹ ਧਰਤੀ 'ਤੇ। ਦੰਡ ਬਿਨਾਂ ਬਸ ਹੋਏ ਸੋ ਨਾਹੀ। ਮਹਾਰਾਜ ਕਹਿੰਦੇ, ਇੰਨੇ ਵਿਗੜ ਚੁੱਕੇ ਨੇ, ਜਿੰਨਾ ਚਿਰ ਤੱਕ ਦੰਡ ਨਹੀਂ ਦਿਆਂਗੇ, ਸਜ਼ਾ ਨਹੀਂ ਦਿਆਂਗੇ, ਇਹਨਾਂ ਵਸ ਵਿੱਚ ਨਹੀਂ ਆਉਣਾ। ਮਹਾਰਾਜ ਕਹਿੰਦੇ, ਹਾਂਜੀ, ਕਹਿ ਜੋਗੀ ਚਰਚਾ ਸੋਚਵਾਏ, ਹੋਏ ਕਬੂਲ ਸਿੱਧੀ ਪਾਤਸ਼ਾਹੇ। ਤੇ ਤੁਰਕਾਂ ਦੇ ਜ਼ੁਲਮ ਦੀ ਚਰਚਾ ਜਿਹੜੀ ਹੈ, ਮਹਾਰਾਜ ਕਹਿੰਦੇ ਉਹ ਤੁਹਾਨੂੰ ਵੀ ਪਤਾ ਹੈ ਅਤੇ ਘਰ ਘਰ ਵਿੱਚ ਹੋ ਰਹੀ ਹੈ।
ਬੜਾ ਜ਼ੁਲਮ ਕਰਨ ਦੇ ਲੋਕਾਂ 'ਤੇ। ਨਾਥ ਜੀ ਉਹਦੀ ਚਰਚਾ ਘਰ ਘਰ ਵਿੱਚ ਹੋ ਰਹੀ ਹੈ ਅਤੇ ਹੋਏ ਕਬੂਲ ਸਿੱਧੀ ਪਾਤਸ਼ਾਹ। ਅੱਗੋਂ ਜਦੋਂ ਨਾਥ ਨੇ ਗੱਲ ਸੁਣੀ ਨਾ ਵੀ ਇਹ ਮਹਾਰਾਜ ਨੇ ਬਾਣਾ ਉਹਨਾਂ ਜ਼ੁਲਮਾਂ ਦੇ ਜ਼ਾਲਮਾਂ ਅਤੇ ਜ਼ੁਲਮ ਨੂੰ ਖਤਮ ਕਰਨ ਲਈ ਪਹਿਨਿਆ ਹੈ, ਅਤੇ ਨਾਥ ਹੱਥ ਜੋੜ ਕੇ ਕਹਿੰਦਾ ਮੇਰੀ ਪਰਮੇਸ਼ਰ ਅੱਗੇ ਅਰਦਾਸ ਹੈ, ਪਰਮੇਸ਼ਰ ਕਿਰਪਾ ਕਰਕੇ ਤੁਹਾਨੂੰ ਸਫਲਤਾ ਹੀ ਬਖਸ਼ੇ, ਕਹਿੰਦਾ ਤੁਹਾਨੂੰ ਸਫਲਤਾ ਹੀ ਬਖਸ਼ੇ। ਤੁਸੀਂ ਇਸ ਧਰਤੀ 'ਤੇ ਜ਼ੁਲਮ ਦੀਆਂ ਜੜ੍ਹਾਂ ਪੁੱਟ ਦਿਓ ਸੱਚੇ ਪਾਤਸ਼ਾਹ। ਰਹਿਣੀ ਸਿੱਧ ਨਾਨਕ ਕੇ ਫਕੀਰ, ਖੇਰਜ ਭੇਖ ਕਾਜ ਦਸਤਗੀਰ। ਇਹ ਤੇ ਮਹਾਰਾਜ ਮੈਂ ਤਾਂ ਤੁਹਾਨੂੰ ਪੁੱਛਿਆ ਸੀਗਾ, ਤੁਹਾਡੀ ਰਹਿਣੀ ਤੇ ਗੁਰੂ ਨਾਨਕ ਦੇਵ ਜੀ ਵਾਲੀ ਹੈ। ਨਾਮ ਦਾ ਉਪਦੇਸ਼ ਦੇਣਾ, ਨਾਮ ਜਪਣਾ, ਨਾਮ ਜਪਾਉਣਾ, ਪਰਮੇਸ਼ਰ ਜੀ ਦੇ ਨਾਲ ਜੋੜਨਾ, ਰਹਿਣੀ ਤੇ ਤੁਹਾਡੀ ਗੁਰੂ ਨਾਨਕ ਦੇਵ ਜੀ ਵਾਲੀ ਹੈ। ਪਰ ਮਹਾਰਾਜ ਮੈਂ ਇਹ ਤਾਂ ਪੁੱਛਿਆ ਕਿਉਂਕਿ ਮਹਾਰਾਜ ਤੁਸੀਂ ਬਾਣਾ ਸੂਰਮਿਆਂ ਵਾਲਾ ਪਾਇਆ ਜਿਹੜਾ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਨਹੀਂ ਸੀ ਪਹਿਨੇ। ਹਾਂਜੀ, ਉਹਨਾਂ ਸਾਦਾ ਹੀ ਬਾਣਾ ਰੱਖਿਆ ਸੀਗਾ। ਹੁਣ ਕਾਰਨ ਕੀ ਹੈ? ਇਹ ਜਿਹੜਾ ਮਦਨ ਨਾਥ ਹੈ ਨਾ, ਇਹ ਸਿੱਧਾਂ ਨੇ ਆਪਣੀ ਉਮਰ ਬੜੀ ਵੱਡੀ ਕੀਤੀ ਹੈ ਸਤਸੰਗਤ ਜੀ। ਇਹ ਸਿੱਧ ਗੁਰੂ ਨਾਨਕ ਦੇਵ ਜੀ ਦੇ ਸਮੇਂ ਦਾ ਬੈਠਾ ਹੋਇਆ ਹੈ। ਗੱਜ ਕੇ ਆਖੋ ਵਾਹਿਗੁਰੂ। ਬੜੀਆਂ ਬੜੀਆਂ ਲੰਮੀਆਂ ਉਮਰਾਂ ਹੁੰਦੀਆਂ ਸਨ ਸਿੱਧਾਂ ਦੀਆਂ। ਇਹ ਸਿੱਧ ਜਿਹੜਾ ਦਸਵੇਂ ਪਾਤਸ਼ਾਹ ਨਾਲ ਬਚਨ ਕਰਨ ਦਿਆ ਹੈ ਨਾ, ਇਹਨੇ ਗੁਰੂ ਨਾਨਕ ਦੇਵ ਜੀ ਦੇ ਵੀ ਦਰਸ਼ਨ ਕੀਤੇ ਨੇ ਜੀ, ਮਹਾਰਾਜ ਨਾਲ ਵੀ ਪ੍ਰਸ਼ਨ ਉੱਤਰ ਕੀਤੇ ਹੈ, ਅਤੇ ਅੱਜ ਇਹਦੀ ਕਿਸਮਤ ਵੇਖੋ, ਪਹਿਲੀ ਜੋਤ ਨੇ ਵੀ ਦਰਸ਼ਨ ਦਿੱਤੇ ਅਤੇ ਹੁਣ ਦਸਵੇਂ ਪਾਤਸ਼ਾਹ ਮਹਾਰਾਜ ਦਰਸ਼ਨ ਦੇ ਰਹੇ ਹੈ ਜੀ। ਕੋਈ ਕਿਸਮਤ ਇਹਦੀ ਵਧੀਆ। ਹਾਂਜੀ, ਜਿਉਂ ਦਿਲ ਨੇਕੀ ਹੋਏ ਜਵਾਲ, ਕਰਨੀ ਕੁਦਰਤ ਕੇਰ ਖਿਆਲ। ਉਹ ਨਾਥ ਪਤਾ ਕੀ ਕਹਿਣ ਲੱਗਾ, ਮਹਾਰਾਜ ਜਿਹਦੇ ਦਿਲ ਵਿੱਚ ਨੇਕੀ ਹੁੰਦੀ ਹੈ ਕੁਦਰਤ ਉਹਦਾ ਸਾਥ ਦਿੰਦੀ ਹੈ। ਸੁਣਿਓ, ਜਿਹਦੇ ਦਿਲ ਵਿੱਚ ਨੇਕੀ ਹੁੰਦੀ ਹੈ ਕੁਦਰਤ ਉਹਦਾ ਸਾਥ ਦਿੰਦੀ ਹੈ, ਕੁਦਰਤ ਉਹਦੇ ਖਿਆਲਾਂ ਦੇ ਅਨੁਕੂਲ ਹੋ ਜਾਂਦੀ ਹੈ। ਜਿਹਦੇ ਦਿਲ ਵਿੱਚ ਨੇਕੀ ਹੁੰਦੀ ਹੈ, ਭਾਵ ਕੁਦਰਤ ਵੀ ਇਹ ਚਾਹੁੰਦੀ ਹੈ ਜ਼ੁਲਮ ਦਾ ਅਤੇ ਜ਼ੁਲਮ ਕਰਨ ਵਾਲੇ ਦਾ ਨਾਸ਼ ਹੋ ਜਾਵੇ ਜੀ। ਗੱਜ ਕੇ ਆਖੋ ਕੁਦਰਤ ਵੀ ਇਹ ਚਾਹੁੰਦੀ ਹੈ, ਕੁਦਰਤ ਵੀ ਸ਼ਾਂਤੀ ਪਸੰਦ ਕਰਦੀ ਹੈ। ਇਸ ਕਰਕੇ ਮਹਾਰਾਜ ਸ਼੍ਰੀ ਪਰਮੇਸ਼ਰ ਕਰਤਾ ਪੁਰਖ ਜੀ ਆਪ ਜੀ ਦੇ ਅੰਗ ਸੰਗ ਹਨ। ਹਾਂਜੀ, ਇਮ ਕਹਿ ਸੁਨ ਕੈ ਆਪਸ ਮਹੀਆ, ਰੀਜੈ ਦਹੋਂ ਦਿਸ਼ ਆਨੰਦ ਲਹੀਆ। ਤੇ ਸਾਧ ਸੰਗਤ ਜੀ ਇਹ ਗੱਲ ਕਹਿ ਕੇ ਮਦਨ ਲਾਲ ਬਹੁਤ ਪ੍ਰਸੰਨ ਹੋਇਆ। ਮਹਾਰਾਜ ਗਰੀਬ ਨਿਵਾਸ ਜੀ ਦੇ ਦਰਸ਼ਨ ਕਰਕੇ ਬੜਾ ਪ੍ਰਸੰਨ ਹੋਇਆ। ਮਹਾਰਾਜ ਬੈਠੇ ਉੱਥੇ, ਇਹਨਾਂ ਵਿੱਚ ਹੋਰ ਚਰਚਾ ਹੋਈ, ਖੁਸ਼ੀ ਦੇ ਬਚਨ ਹੋਏ। ਉਧਰੋਂ ਦਸਵੇਂ ਪਾਤਸ਼ਾਹ ਬਚਨ ਕਰਨ ਅਤੇ ਨਾਥ ਸੁਣੇ, ਇਧਰੋਂ ਫਿਰ ਨਾਥ ਕੋਈ ਗੱਲ ਕਰੇ ਅਤੇ ਮਹਾਰਾਜ ਬੜੇ ਪਿਆਰ ਨਾਲ ਸੁਣਨ ਜੀ ਉਹਦੀ ਗੱਲ। ਹਾਂਜੀ, ਬੋਲਿਓ ਨਾਥ ਬਿਨੈ ਤਿਹ ਸਾਇਤ। ਹੁਣ ਨਾਥ ਮਹਾਰਾਜ ਨੂੰ ਹੱਥ ਜੋੜ ਕੇ ਬੇਨਤੀ ਕਰਨ ਲੱਗਾ। ਗੱਜ ਕੇ ਆਖੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਮਹਾਰਾਜ ਬੈਠ ਗਏ ਅਤੇ ਨਾਥ ਜੀ ਦੋਵੇਂ ਹੱਥ ਜੋੜ ਕੇ ਦਸਵੇਂ ਪਾਤਸ਼ਾਹ ਜੀ ਨੂੰ ਬੇਨਤੀ ਕਰਨ ਲੱਗੇ। ਕੁਛ ਜੋਗੀ ਕੀ ਚਾਹੀਏ ਹਮਾਇਤ। ਮਹਾਰਾਜ ਤੁਸੀਂ ਜ਼ੁਲਮ ਦਾ ਨਾਸ਼ ਕਰਨਾ ਹੈ, ਤੁਸੀਂ ਮਹਾਰਾਜ ਜ਼ਾਲਮਾਂ ਦਾ ਨਾਸ਼ ਕਰਨਾ ਹੈ, ਸਾਡੇ ਜੋਗੀਆਂ ਦੇ ਪੰਥ ਵੱਲੋਂ ਦੱਸੋ ਅਸੀਂ ਮਹਾਰਾਜ ਤੁਹਾਡੀ ਕੀ ਹਮਾਇਤ ਕਰੀਏ, ਮਹਾਰਾਜ ਅਸੀਂ ਕੀ ਸੇਵਾ ਕਰੀਏ ਇਸ ਕੰਮ ਵਿੱਚ। ਹਾਂਜੀ, ਮੇਲ ਸਕਾਰਥ ਰਾਵਰ ਕੇਰਾ। ਕਿਉਂ ਅੱਜ ਸਬੱਬੀ ਮਹਾਰਾਜ ਤੁਸੀਂ ਆਪ ਆ ਕੇ ਸਾਨੂੰ ਇਸ ਤੀਰਥ 'ਤੇ ਦਰਸ਼ਨ ਦਿੱਤੇ ਹੈ। ਮਹਾਰਾਜ ਤੁਸੀਂ ਜਿੱਥੇ ਬਹਿ ਜਾਓ ਤੀਰਥ ਸਾਰੇ ਤੁਹਾਡੇ ਕੋਲ ਆਪ ਪਹੁੰਚਦੇ ਆ ਕੇ, ਪਰ ਮਹਾਰਾਜ ਤੁਸੀਂ ਆਪ ਆ ਕੇ ਤੀਰਥ 'ਤੇ ਸਾਨੂੰ ਦਰਸ਼ਨ ਦਿੱਤੇ ਹੈ, ਕੋਈ ਮੇਲਾ ਸਕਾਰਤ ਹੋਵੇ ਸਾਡਾ। ਹਾਂਜੀ, ਸੁਣ ਬੋਲੇ ਸਤਿਗੁਰ ਤਿਸ ਬੇਰਾ। ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਿਵਾਜ ਜੀ ਨਾਥ ਜੀ ਨੂੰ ਇਸ ਤਰ੍ਹਾਂ ਕਹਿਣ ਲੱਗੇ, ਫਰਕਾ ਅਮੁੰਡ ਦਵੈ ਫਰਕਸ। ਮਹਾਰਾਜ ਗਰੀਬ ਨਿਵਾਜ ਜੀ ਕਹਿੰਦੇ ਜਿਹੜਾ ਖਾਲਸਾ
ਮਹਾਰਾਜ ਕਹਿੰਦੇ ਹਿੰਦੂ ਅਤੇ ਤੁਰਕ ਦੋਵਾਂ ਤੋਂ ਨਿਆਰਾ ਹੈ, ਉਹਨੇ ਹਿੰਦੂ ਨੂੰ ਤੁਰਕਣ 'ਤੇ ਨਿਆਰਾ। ਹਾਂਜੀ, ਖਾਲਸਾ ਹੈ ਬਲੀ ਸੋ ਕਸੇ ਤਰਕਸ। ਮਹਾਰਾਜ ਕਹਿੰਦੇ ਪਰਮੇਸ਼ੁਰ ਨੇ ਸਾਨੂੰ ਹੁਕਮ ਲਾ ਕੇ ਖਾਲਸਾ ਜਿਹੜਾ ਰਚਿਆ ਹੈ ਇਹ ਪਹਿਲਾਂ ਹੀ ਬੜਾ ਬਲੀ ਹੈ। ਮਹਾਰਾਜ ਕਹਿੰਦੇ ਸਹਾਇਤਾ ਦੀ ਜ਼ਰੂਰਤ ਨਹੀਂ ਹੈਗੀ। ਮਹਾਰਾਜ ਕਹਿੰਦੇ ਇਹਦਾ ਮਤਲਬ ਇਹ ਹੈ ਜੇ ਮਹਾਰਾਜ ਨੇ ਖਾਲਸੇ ਨੂੰ ਕਿਹਾ ਵੀ ਖਾਲਸੇ ਨੂੰ ਸਹਾਇਤਾ ਦੀ ਲੋੜ ਨਹੀਂ ਹੈਗੀ, ਤਾਂ ਸੱਚੀ ਗੱਲ ਹੈ ਖਾਲਸਾ ਕੇਵਲ ਅਕਾਲ ਪੁਰਖ ਕੋਲੋਂ ਮੰਗਦਾ। ਸਤਸੰਗਤ ਜੀ, ਤੁਮਹੇ ਛਾੜ ਕੋਈ ਅਵਰ ਨਾ ਧਿਆਵੂੰ, ਜੋ ਬਰ ਚਾਹੋ ਸੋ ਤੁਮ ਤੇ ਪਾਵੂੰ। ਹਾਂਜੀ, ਸੁਣ ਜੋਗੀ ਨੇ ਬਾਕ ਬਖਾਨਾ। ਜੋਗੀ ਜੀ ਨੇ ਫਿਰ ਸੱਚੇ ਪਾਤਸ਼ਾਹ ਗਰੀਬ ਨਵਾਜ ਜੀ ਨੂੰ ਅੱਗੋਂ ਬੇਨਤੀ ਕੀਤੀ, ਮੋਹੇ ਦਿਖਾਵੋ ਸ਼ੋਰੋ ਬਾਨਾ। ਮਹਾਰਾਜ ਸੱਚੇ ਪਾਤਸ਼ਾਹ, ਮੈਂ ਸੁਣਿਆ ਆਪ ਜੀ ਦੀ ਸਿਫਤ, ਮਹਾਰਾਜ ਤੁਸੀਂ ਬਾਣ ਬੜੇ ਚਲਾਉਂਦੇ ਹੋ ਸੱਚੇ ਪਾਤਸ਼ਾਹ। ਤੁਸੀਂ ਵੀ ਸੰਗਤ ਜੀ ਬੜੀ ਬੜੀ ਸੁਣੀ ਹੈ ਗੱਲ ਕਥਾ ਵਿੱਚ, ਮਹਾਰਾਜ ਤੀਰ ਛੱਡਦੇ ਸਨ, ਪਹਾੜ ਹੀ ਪਾਰ ਕਰਕੇ ਚੱਲ ਜਾਂਦਾ ਸੀਗਾ ਤੀਰ ਦੀ ਵਿੱਚੋਂ ਦੀ। ਮਹਾਰਾਜ ਮੈਂ ਬੜੀ ਸਿਫਤ ਸੁਣੀ ਹੈ ਤੁਸੀਂ ਤੀਰ ਬਹੁਤ ਸੋਹਣਾ ਚਲਾਉਂਦੇ ਹੋ ਸੱਚੇ ਪਾਤਸ਼ਾਹ। ਹਾਂਜੀ, ਧੰਨ ਵਿਦਿਆ ਮੈਂ ਸੁਣੋ ਬਿਸਾਲਾ, ਜਾਂ ਤੇ ਚਾਹੋ ਪਿਖਣ ਇਸ ਕਾਲਾ। ਮੇਰੀ ਇੱਛਾ ਹੈ ਮਹਾਰਾਜ ਮੈਂ ਤੁਹਾਡੇ ਹੱਥੋਂ ਤੁਹਾਡੇ ਦੁਆਰਾ ਚੱਲਿਆ ਹੋਇਆ ਤੀਰ ਆਪਣੀਆਂ ਅੱਖਾਂ ਨਾਲ ਵੇਖਾਂ। ਮਹਾਰਾਜ ਮੇਰੀ ਇਹ ਇੱਛਾ ਹੈ, ਕਿਰਪਾ ਕਰੋ ਮਹਾਰਾਜ ਮੈਨੂੰ ਤੀਰ ਚਲਾ ਕੇ ਵਿਖਾਓ ਇਹ ਕਰੀ। ਹਾਂਜੀ, ਤਬ ਸਤਿਗੁਰ ਸਰ ਗੁਣ ਧਰ ਧਰ ਕੇ। ਮਹਾਰਾਜ ਕਹਿੰਦੇ ਜੋਗੀ ਜੀ ਤੁਸੀਂ ਰੱਬ ਦੇ ਪਿਆਰੇ ਹੋ, ਤੁਸੀਂ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੇ ਦਰਸ਼ਨ ਕੀਤੇ ਹੈ, ਤੁਹਾਡੀ ਗੱਲ ਨੂੰ ਅਸੀਂ ਟਾਲ ਨਹੀਂ ਸਕਦੇ ਜੀ। ਮਹਾਰਾਜ ਨੇ ਉਸੇ ਵੇਲੇ ਪੱਥੇ 'ਚੋਂ ਤੀਰ ਕੱਢਿਆ, ਕਮਾਨ ਵਿੱਚ ਸਜਾਇਆ ਜੀ। ਹਾਂਜੀ, ਐਂਚ ਧਨੁੱਖ ਛੋਰਿਓ ਬਲ ਕਰਕੇ। ਬੜੇ ਧਨੁੱਖ ਨੂੰ ਬਾਣ ਨੂੰ ਖਿੱਚ ਕੇ ਮਹਾਰਾਜ ਨੇ ਪੂਰੇ ਬਲ ਦੇ ਨਾਲ ਕਿਲਾ ਮੁਗਲ ਕੋ ਹੁਤੋ ਸੋ ਕੋਸ। ਇੱਕ ਕੋਹ ਦੀ ਦੂਰੀ 'ਤੇ ਮੁਗਲਾਂ ਦਾ ਕਿਲਾ ਸੀਗਾ ਸਾਧ ਸੰਗਤ ਜੀ, ਇੱਕ ਕੋਹ ਦੀ ਦੂਰੀ 'ਤੇ ਉਹ ਮੁਗਲਾਂ ਦਾ ਲਾਗੇ ਇੱਕ ਕਿਲਾ ਸੀਗਾ ਥਨੇਸਰ ਵਿੱਚ। ਤਿਸ ਕੀ ਦੇਸ਼ ਮਾਰਿਓ ਯੁੱਧ ਰੋਸ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਤੀਰ ਚਲਾਇਆ ਮੁਗਲਾਂ ਦੇ ਕਿਲੇ ਵੱਲ, ਗੱਜ ਕੇ ਆਖੋ ਵਾਹਿਗੁਰੂ। ਹਾਂਜੀ, ਸ਼ਿਖਰ ਦੁਰਗ ਕੇ ਜਬ ਹੂੰ ਗਯੋ। ਜਦ ਉਹ ਤੀਰ ਕਿਲੇ ਦੇ ਸਿਖਰ ਤੇ ਗਿਆ ਤੇ ਕਿਲੇ ਦੇ ਵਿੱਚ ਪ੍ਰਵੇਸ਼ ਕਰ ਗਿਆ। ਹੁਣ ਪਤਾ ਨਹੀਂ ਸਾਧ ਸੰਗਤ ਜੀ, ਭਾਈ ਸਾਹਿਬ ਨੇ ਪੂਰੀ ਗੱਲ ਨਹੀਂ ਲਿਖੀ ਵੀ ਉਹ ਤੀਰ ਜਾ ਕੇ ਕਿੱਥੇ ਵੱਜਿਆ ਜਾਂ ਤੀਰ ਦਾ ਕੀ ਬਣਿਆ ਜੀ ਜਾ ਕੇ ਜੀ, ਪਰ ਸਤਿਗੁਰੂ ਜੀ ਦਾ ਛੱਡਿਆ ਹੋਇਆ ਤੀਰ ਸਾਧ ਸੰਗਤ ਜੀ ਵਿਅਰਥ ਨਹੀਂ ਜਾਂਦਾ ਜੀ, ਕੁਝ ਨਾ ਕੁਝ ਜ਼ਰੂਰ ਤੀਰ ਨੇ ਕੀਤਾ ਹੋਏਗਾ। ਤੀਰ ਇੰਨੀ ਦੂਰ ਚਲੇ ਗਿਆ ਤੇ ਜਦੋਂ ਇਹ ਗੱਲ ਜੋਗੀ ਨੇ ਦੇਖੀ, ਜੋਗੀ ਦੇਖਤ ਬੋਲਤ ਭਇਓ। ਜੋਗੀ ਜੀ ਹੱਥ ਜੋੜ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੂੰ ਕਹਿਣ ਲੱਗੇ, ਵਿਦਿਆ ਧਨ ਜੇ ਹੋਹੈ ਕਮਾਈ। ਮਹਾਰਾਜ ਤੁਸੀਂ ਵਾਕਈ ਸੱਚੇ ਪਾਤਸ਼ਾਹ ਧਨੁਸ਼ ਵਿੱਦਿਆ ਵਿੱਚ ਬੜੇ ਨਿਪੁੰਨ ਹੋ ਸੱਚੇ ਪਾਤਸ਼ਾਹ। ਮਹਾਰਾਜ ਇੱਥੋਂ ਕਿੱਥੇ ਇੱਕ ਕੋਹ ਤੇ ਕਿਲਾ ਤੇ ਮਹਾਰਾਜ ਕਿਲੇ ਦੇ ਵਿੱਚ ਤੀਰ ਪਾ ਦਿੱਤਾ ਆਪ ਜੀ ਨੇ। ਹਾਂਜੀ, ਕੋਈ ਨਾ ਕਰ ਸਕ ਹੈ ਸਮਤਾਈ। ਗਰੀਬ ਨਵਾਜ ਜਿਹੜਾ ਤੀਰ ਹੀ ਇਸ ਤਰ੍ਹਾਂ ਚਲਾਉਂਦਾ ਹੋਵੇ ਉੱਤੋਂ ਹੋਵੇ ਸਤਿਗੁਰੂ, ਉਹਦੀ ਬਰਾਬਰੀ ਇਸ ਜਗਤ ਵਿੱਚ ਮਹਾਰਾਜ ਕੌਣ ਕਰ ਸਕਦਾ ਹੈ। ਇਹ ਗੱਲ ਜੋਗੀ ਕਹਿ ਰਿਹਾ ਜੀ, ਮਦਨ ਨਾਥ ਜੋਗੀ। ਹਾਂਜੀ, ਤ੍ਰੇਤੇ ਮਹਿ ਰਘੂ ਭਰ ਕੀ ਸੁਣੀ। ਮਹਾਰਾਜ ਤ੍ਰੇਤੇ ਯੁੱਗ ਵਿੱਚ ਰਾਮ ਚੰਦਰ ਜੀ ਦੀ ਬੜੀ ਸਿਫਤ ਸੁਣੀ ਗਈ ਹੈ ਵੀ ਰਾਮ ਚੰਦਰ ਜੀ ਬੜੇ ਤੀਰ ਚਲਾਉਂਦੇ ਸਨ। ਹਾਂਜੀ, ਦੁਆਪਰ ਮਹਿ ਅਰਜੁਨ ਕੀ ਗੁਣੀ। ਦੁਆਪਰ ਯੁੱਗ ਵਿੱਚ ਅਰਜਨ ਜੀ ਨੂੰ ਬੜਾ ਵੱਡਾ ਮਹਾਰਾਜ ਤੀਰ ਅੰਦਾਜ ਮੰਨਿਆ ਗਿਆ। ਹਾਂਜੀ, ਮੋਹੇ ਭਇਓ ਅਬ ਦ੍ਰਿੜ ਨਿਸ਼ਚਾ ਸੋ। ਹਾਂਜੀ, ਹੋਏ ਤੁਮ ਹਾਥ ਤੁਰਕ ਗਨ ਨਾਸ਼। ਸੱਚੇ ਪਾਤਸ਼ਾਹ ਗਰੀਬ ਨਵਾਜ ਅੱਜ ਆਪ ਜੀ ਦੀ ਤੀਰ ਅੰਦਾਜੀ ਵੇਖ ਕੇ ਨਿਸ਼ਚਾ ਹੋ ਗਿਆ, ਇਹ ਮਹਾਰਾਜ ਇਸ ਦੇਸ਼ ਵਿੱਚੋਂ ਤੁਰਕਾਂ ਦੀਆਂ ਜੜ੍ਹਾਂ ਆਪ ਜੀ ਪੁੱਟੋਂਗੇ, ਗੱਜ ਕੇ ਆਖੋ। ਅਤੇ ਮਹਾਰਾਜ ਨੇ ਪੁੱਟੀਆਂ ਸਨ ਸਾਧ ਸੰਗਤ ਜੀ, ਮਹਾਰਾਜ ਨੇ ਪੁੱਟੀਆਂ ਸਨ। ਹਾਂਜੀ, ਹਮ ਘਟਾਸ ਪਰ ਕਰ ਹੈ ਬਾਸਨ। ਹੁਣੇ ਆਪਣੇ ਵੱਲੋਂ ਮਹਾਰਾਜ ਦੇ ਚਰਨਾਂ 'ਚ ਬੇਨਤੀ ਕਰਨ ਲੱਗੇ। ਇੱਥੋਂ ਗੱਲ ਬੜੇ ਧਿਆਨ ਨਾਲ ਸੁਣਨੀ ਹੈ।
ਜੋਗੀ ਜੀ ਸੱਚੇ ਪਾਤਸ਼ਾਹ ਮਹਾਰਾਜ ਨੂੰ ਕਹਿਣ ਲੱਗੇ, ਸਤਿਗੁਰੂ ਜੀ ਅਸੀਂ ਕਟਾਸ ਪਰਬਤ ਉੱਤੇ ਰਹਿੰਦੇ। ਕਟਾਸ ਪਰਬਤ ਉੱਤੇ ਇੱਕ ਪੁਰਾਣਾ ਤੀਰਥ ਹੈ ਵਾਹਿਗੁਰੂ, ਕਟਾਸ ਪਰਬਤ ਨਹੀਂ ਤੀਰਥ। ਹਾਂਜੀ, ਬਾਲ ਗੁੰਦਾਈ ਸਿੱਧ ਕੇ ਆਸਨ, ਬਾਲ ਗੁੰਦਾਈ ਸਿੱਧ ਹੋਇਆ, ਬਾਲ ਗੁੰਦਾਈ ਦਾ ਟਿੱਲਾ ਪ੍ਰਸਿੱਧ ਹੋਇਆ ਸਾਧ ਸੰਗਤ ਜੀ। ਮਹਾਰਾਜ ਜਿਹੜਾ ਬਾਲ ਗੁੰਦਾਈ ਦਾ ਟਿੱਲਾ ਹੈ ਉੱਥੇ ਅਸੀਂ ਰਹਿੰਦੇ ਹਾਂ ਸੱਚੇ ਪਾਤਸ਼ਾਹ ਸਾਰੇ ਸਿੱਧ। ਹਾਂਜੀ, ਤਾਹਾਂ ਪਹੁੰਚਣਾ ਜਲਤ ਵਿਵੇਕ, ਕਿਰਪਾ ਕਰਿਓ ਦਰਸ਼ਨ ਕਰਿਓ ਵਾਹਿਗੁਰੂ, ਕਿਰਪਾ ਕਰਿਓ ਮਿਹਰ ਕਰਿਓ, ਬਾਲ ਗੁੰਦਾਈ ਦੇ ਟਿੱਲੇ ਤੇ ਪਹੁੰਚ ਕੇ ਸਾਨੂੰ ਜ਼ਰੂਰ ਦਰਸ਼ਨ ਦਿਓ ਮਹਾਰਾਜ। ਗੱਜ ਕੇ ਆਖੋ ਵਾਹਿਗੁਰੂ, ਗੱਜ ਕੇ ਵਾਹਿਗੁਰੂ। ਕਿਉਂ? ਜੋਗੀ ਜੀ ਦੇ ਅੰਦਰ ਸਤਿਗੁਰੂ ਜੀ ਦੇ ਪ੍ਰਥਾਏ ਸ਼ਰਧਾ ਪਹਿਲਾਂ ਹੀ ਬਹੁਤ ਸੀਗੀ, ਜਦੋਂ ਮਹਾਰਾਜ ਦਾ ਬਲ ਵੇਖਿਆ ਹੋਰ ਸ਼ਰਧਾ ਵੱਸ ਗਈ ਉਹਨਾਂ ਦੇ ਮਨ ਵਿੱਚ ਜੀ, ਸ਼ਰਧਾ ਹੋਰ ਵੱਸ ਗਈ। ਮਹਾਰਾਜ ਕਿਰਪਾ ਕਰਿਓ ਸਾਨੂੰ ਸਾਡੇ ਆਸਣ ਤੇ ਆ ਕੇ ਵੀ ਦਰਸ਼ਨ ਦਿਓ ਮਹਾਰਾਜ। ਹਾਂਜੀ, ਰੱਖੋ ਭਲੇ ਫਕੀਰੀ ਟੇਕ, ਤੇ ਮਹਾਰਾਜ ਸਾਡੇ ਫਕੀਰਾਂ ਦੀ ਟੇਕ ਜ਼ਰੂਰ ਮਹਾਰਾਜ ਰੱਖਣੀ। ਇਹਦਾ ਭਾਵ ਪਤਾ ਕੀ ਹੈ? ਅਸੀਂ ਮਹਾਰਾਜ ਤੁਹਾਡੇ 'ਤੇ ਟੇਕ ਰੱਖੀ, ਸਾਡੀ ਇੱਜ਼ਤ ਜ਼ਰੂਰ ਰੱਖਣੀ ਮਹਾਰਾਜ। ਪਤਾ ਸਾਰਿਆਂ ਦਾ ਰਾਜ ਪੁੱਟ ਦੇਣਾ ਤਾਂ ਜੇ ਖਾਲਸਾ ਸਾਡਾ ਹੀ ਨਾ ਪੁੱਟ ਦੇਵੇ ਕਿਤੇ। ਮਹਾਰਾਜ ਸਾਨੂੰ ਦਰਸ਼ਨ ਦਿਓ, ਜਦੋਂ ਤੁਸੀਂ ਆਓਗੇ ਸਾਨੂੰ ਕੋਈ ਖਤਰਾ ਨਹੀਂ ਰਹਿ ਜਾਏਗਾ। ਹਾਂਜੀ, ਸਭ ਸਿੱਧਨ ਕੋ ਦਰਸ਼ਨ ਦੀਜੈ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੂੰ ਮਦਨ ਨਾਥ ਸਿੱਧ ਜੀ ਇਹ ਗੱਲ ਕਹਿਣ ਲੱਗੇ, ਮਹਾਰਾਜ ਉੱਥੇ ਪਹੁੰਚ ਕੇ ਸਾਨੂੰ ਸਾਰੇ ਸਿੱਧਾਂ ਨੂੰ ਆਪਣੇ ਪਵਿੱਤਰ ਦਰਸ਼ਨ ਵੀ ਦਿਓ ਮਹਾਰਾਜ। ਹਾਂਜੀ, ਸਰਬ ਦੇਸ਼ ਕੀ ਸੈਲ ਕਰੀਜੈ, ਨਾਲੇ ਮਹਾਰਾਜ ਉਸ ਪਾਸੇ ਦੀ ਸੈਰ ਕਰਿਓ, ਆ ਕੇ ਮਹਾਰਾਜ ਉਸ ਇਲਾਕੇ ਵਿੱਚ ਵਿਚਰਿਓ। ਸ਼੍ਰੀ ਮੁਖ ਤੇ ਮੁਸਕਾਏ ਬਖਾਨਾ, ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਵੇਖ ਕੇ ਤੇ ਗੱਲ ਸੁਣ ਕੇ ਮੁਸਕੁਰਾ ਪਏ ਜੀ। ਗੱਜ ਕੇ ਆਖੋ ਵਾਹਿਗੁਰੂ, ਮਹਾਰਾਜ ਨਾ ਮੁਸਕੁਰਾ ਪਏ। ਕਿਉਂ? ਮਹਾਰਾਜ ਨੂੰ ਸੱਚ ਦਾ ਪਤਾ ਹੁਣ ਸੁਣਿਓ, ਸਤਿਗੁਰੂ ਨੂੰ ਕਿਸੇ ਗੱਲ ਦਾ ਭੁਲੇਖਾ ਨਹੀਂ ਜੀ। ਸਤਿਗੁਰੂ ਜੀ ਦੇ ਤੇ ਦਰਸ਼ਨ ਕੀਤਿਆਂ ਭੁਲੇਖੇ ਦੂਰ ਹੋ ਜਾਂਦੇ ਆ, ਤੇ ਮਹਾਰਾਜ ਨੂੰ ਕਾਹਦਾ ਭੁਲੇਖਾ ਰਹਿ ਜਾਣਾ ਜੀ। ਮਹਾਰਾਜ ਮੁਸਕੁਰਾ ਕੇ ਇਸ ਤਰ੍ਹਾਂ ਕਹਿਣ ਲੱਗੇ, ਹਾਂਜੀ, ਸੁਣੋ ਨਾਥ ਜੀ ਤਹਾਂ ਨਾ ਜਾਣਾ। ਮਹਾਰਾਜ ਕਹਿੰਦੇ ਨਾਥ ਜੀ ਬਾਲ ਗੁੰਦਾਈ ਦੇ ਅਸਥਾਨ ਤੇ ਜਾਣਾ, ਮਹਾਰਾਜ ਕਹਿੰਦੇ ਸਾਡੇ ਕੋਲ ਨਹੀਂ ਹੋਣਾ। ਮਹਾਰਾਜ ਕਹਿੰਦੇ ਕਿਉਂ? ਕਾਰਨ ਸੁਣੋ। ਹਾਂਜੀ, ਹੋਇਓ ਹੁਕਮ ਨਾ ਡਾਢੇ ਕੇਰਾ, ਉਸ ਡਾਢੇ ਭਾਵ ਪਰਮੇਸ਼ਰ ਦਾ ਕਰਤੇ ਪੁਰਖ ਦਾ ਸਾਨੂੰ ਹੁਕਮ ਹੀ ਨਹੀਂ ਹੈਗਾ ਉਸ ਪਾਸੇ ਜਾਣ ਦਾ। ਗੱਜ ਕੇ ਆਖੋ ਵਾਹਿਗੁਰੂ, ਸਾਨੂੰ ਹੁਕਮ ਹੀ ਨਹੀਂ ਹੈਗਾ ਉਸ ਪਾਸੇ ਜਾਣ ਦਾ। ਅੱਛਾ ਸੰਗਤ ਜੀ, ਸਾਨੂੰ ਨਹੀਂ ਪਤਾ ਲੱਗਦਾ ਵੀ ਕਿਹੜੇ ਪਾਸੇ ਜਾਣ ਦਾ ਸਾਨੂੰ ਹੁਕਮ ਹੈ ਕਿ ਨਹੀਂ ਹੈਗਾ ਜੀ। ਆਪਾਂ ਤੁਰ ਪੈਂਦੇ ਹਾਂ, ਕਈ ਵਾਰੀ ਜਾ ਕੇ ਨੁਕਸਾਨ ਹੋ ਜਾਂਦਾ ਜੀ। ਪਰ ਕੁਝ ਜੀਵਨ ਵਾਲੇ ਮਹਾਂਪੁਰਖਾਂ ਦਾ ਜਦੋਂ ਜੀਵਨ ਪੜ੍ਹਦੇ ਹਾਂ ਤੇ ਉਹਨਾਂ ਦੇ ਜੀਵਨ ਵਿੱਚ ਵੀ ਇਹ ਗੱਲ ਆਉਂਦੀ ਵੀ ਇਸ ਪਾਸੇ ਜਾਣ ਦਾ ਸਾਨੂੰ ਹੁਕਮ ਹੋਇਆ ਹੈ ਜੀ। ਇਹਦਾ ਮਤਲਬ ਕੋਈ ਕਿਰਿਆ ਹੋਏਗੀ, ਇਸ ਅਵਸਥਾ ਦਾ ਹੁਕਮ ਲੱਗ ਗਿਆ ਸਾਨੂੰ ਜੀ। ਮਹਾਰਾਜ ਕਹਿੰਦੇ ਕਰਤਾ ਪੁਰਖ ਵਾਹਿਗੁਰੂ ਜੀ ਵੱਲੋਂ ਸਾਨੂੰ ਹੁਕਮ ਹੀ ਨਹੀਂ ਹੈਗਾ ਉਸ ਪਾਸੇ ਜਾਣ ਦਾ, ਅਸੀਂ ਨਹੀਂ ਜਾ ਸਕਦੇ ਉਸ ਪਾਸੇ। ਹਾਂਜੀ, ਜੋ ਸਭ ਹੂੰ ਤੇ ਬੜ ਹੂੰ ਬਡੇਰਾ, ਉਹ ਵਾਹਿਗੁਰੂ ਪਰਮੇਸ਼ਰ ਜਿਹੜਾ ਸਾਰਿਆਂ ਤੋਂ ਵੱਡਾ ਹੈ ਉਹਨੇ ਸਾਨੂੰ ਉਸ ਪਾਸੇ ਜਾਣ ਦਾ ਹੁਕਮ ਨਹੀਂ ਲਾਇਆ। ਹਾਂਜੀ, ਸਦੀ ਤੇਰਵੀਂ ਜਬ ਹੂੰ ਆਵੇ, ਬਾਕੀ ਮਹਾਰਾਜ ਕਹਿੰਦੇ ਚਿੰਤਾ ਨਾ ਕਰੋ, ਜਦੋਂ 13ਵੀਂ ਸਦੀ ਹਿਜਰੀ ਆਵੇਗੀ ਹਿਜਰੀ। ਹਾਂਜੀ, ਤੁਰਕਨ ਰਾਜ ਤੇਜ ਬਿਨਸਾਵੇ, ਮਹਾਰਾਜ ਕਹਿੰਦੇ ਜੋਗੀ ਜੀ ਸਿੱਧ ਜੀ ਉਰੋਂ ਨੂੰ ਤੁਰਕਾਂ ਦਾ ਰਾਜ ਇਸ ਦੇਸ਼ ਵਿੱਚੋਂ ਖਤਮ ਹੋ ਜਾਣਾ ਮਹਾਰਾਜ ਕਹਿੰਦੇ। ਹਾਂਜੀ, ਤਬ ਪਹੁੰਚ ਗੋ ਪੰਥ ਹਮਾਰਾ, ਅਸੀਂ ਤਾਂ ਨਹੀਂ ਬਾਲ ਗੁੰਦਾਈ ਵਾਲੇ ਅਸਥਾਨ ਤੇ ਆਵਾਂਗੇ, ਪਰ ਸਾਡਾ ਪੰਥ ਉੱਥੇ ਪਹੁੰਚੇਗਾ ਸੱਚੇ ਪਾਤਸ਼ਾਹ ਕਹਿੰਦੇ, ਖਾਲਸਾ ਪਹੁੰਚੇਗਾ ਉੱਥੇ। ਰਾਜ ਲੇਹੇ ਤਿਸ ਦੇਸ਼ਨ ਸਾਰਾ, ਉਸ ਦੇਸ਼ ਦਾ ਰਾਜ ਵੀ ਖਾਲਸੇ ਕੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਵੇਗਾ। ਔਰ ਸਾਧ ਸੰਗਤ ਜੀ ਸਮੇਂ ਅਨੁਸਾਰ ਉਸ ਦੇਸ਼ ਉੱਤੇ ਭਾਵ ਉਸ ਇਲਾਕੇ ਉੱਤੇ ਗੁਰੂ ਕੇ ਖਾਲਸੇ ਨੇ ਹੀ ਰਾਜ ਕੀਤਾ ਸੀਗਾ ਜੀ। ਹਾਂਜੀ, ਤੀਰ ਗੋਦਾਵਰੀ ਕੇ ਹਮ ਜੈ ਹੈ, ਗੱਜ ਕੇ ਆਖੋ। ਹੁਣ ਇੱਥੋਂ ਇੱਕ ਹਿਸਾਬ ਲਾਓ,
ਅਜੇ ਤਾਂ ਗੋਦਾਵਰੀ ਦਾ ਕੋਈ ਪ੍ਰੋਗਰਾਮ ਨਹੀਂ ਬਣਿਆ ਜੀ ਹਜ਼ੂਰ ਸਾਹਿਬ ਵਾਲੇ ਪਾਸੇ ਜਾਣ ਦਾ। ਅਜੇ ਤਾਂ ਮਹਾਰਾਜ ਸ਼੍ਰੀ ਅਨੰਦਪੁਰ ਸਾਹਿਬ ਬੈਠੇ ਹੈ, ਸਮੇਂ ਦੇ ਨਾਲ ਚਮਕੌਰ ਦੀ ਗੜੀ ਜਾਣਗੇ, ਸਾਹਿਬਜ਼ਾਦੇ ਸ਼ਹੀਦ ਹੋਣੇ, ਇਹਦੇ 'ਤੇ ਬੜੀ ਲੰਮੀ ਕਥਾ, ਦਮਦਮਾ ਸਾਹਿਬ ਪਹੁੰਚਣਾ। ਫਿਰ ਰਸਤੇ ਵਿੱਚ ਦਰਸ਼ਨ ਦਿੰਦੇ ਦਿੰਦੇ ਮਹਾਰਾਜ ਨੇ ਗੋਦਾਵਰੀ ਦੇ ਕੰਢੇ 'ਤੇ ਜਾਣਾ। ਪਰ ਮਹਾਰਾਜ ਕਈ ਸਾਲ ਪਹਿਲਾਂ ਉਸ ਮਦਨ ਨਾਥ ਸਿੱਧ ਨੂੰ ਦੱਸ ਗਏ। ਮਹਾਰਾਜ ਕਹਿੰਦੇ ਸਿੱਧ ਜੀ ਅਸੀਂ ਉਸ ਪਾਸੇ ਨਹੀਂ, ਅਸੀਂ ਗੋਦਾਵਰੀ ਵਾਲੇ ਪਾਸੇ ਜਾਣ ਦਾ ਹੁਕਮ ਹੈ। ਮਹਾਰਾਜ ਕਹਿੰਦੇ ਸਾਨੂੰ ਗੋਦਾਵਰੀ ਵਾਲੇ ਪਾਸੇ ਜਾਣਾ। ਗੋਦਾਵਰੀ ਵਾਲਾ ਪਾਸਾ ਕਿਹੜਾ ਜੀ? ਜਿੱਥੇ ਹਜ਼ੂਰ ਸਾਹਿਬ ਅਸਥਾਨ ਹੈ ਮਹਾਰਾਜ ਦਾ। ਹਾਂਜੀ, ਤਹਿ ਤੈ ਪੁੰਨ ਪਰਲੋਕ ਸਿਧੈ ਹੈ, ਉੱਥੇ ਜਾ ਕੇ ਸਰੀਰ ਤਿਆਗ ਦੇਣਾ। ਮਹਾਰਾਜ ਕਹਿੰਦੇ ਇਹ ਪੰਜ ਭੂਤਕ ਸਰੀਰ ਅਸੀਂ ਤਿਆਗ ਦੇਣਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਵੇਖੋ ਕੱਲੀ ਕੱਲੀ ਗੱਲ ਦਾ ਸੱਚੇ ਪਾਤਸ਼ਾਹ ਨੂੰ ਪਤਾ, ਗੁਰੂ ਨੂੰ ਕਿਹੜਾ ਭੁਲੇਖਾ ਹੈਗਾ ਜੀ। ਸਾਧ ਸੰਗਤ ਜੀ, ਤੁਸੀਂ ਮਾਤਾ ਜੀਤੋ ਜੀ ਦਾ ਪ੍ਰਸੰਗ ਸੁਣਿਆ। ਮਾਤਾ ਜੀਤੋ ਜੀ ਨੇ ਨਹੀਂ ਕਿਹਾ ਮਹਾਰਾਜ ਆਉਣ ਵਾਲੇ ਸਮੇਂ ਵਿੱਚ ਸਾਹਿਬਜ਼ਾਦਿਆਂ ਬਾਰੇ ਇਸ ਤਰ੍ਹਾਂ ਪਤਾ ਲੱਗਾ? ਮਹਾਰਾਜ ਕਹਿੰਦੇ ਜੇ ਪਤਾ ਤਾਂ ਸਾਰਾ ਕੁਝ ਜਰ ਜਾਓ। ਮਹਾਰਾਜ ਕਹਿੰਦੇ ਜਰ ਜਾਓ। ਮਹਾਰਾਜ ਨੂੰ ਵੀ ਪਤਾ ਸਾਰੀ ਗੱਲ ਦਾ। ਜੇ ਮਾਤਾ ਜੀਤੋ ਜੀ ਨੂੰ ਪਤਾ ਤਾਂ ਮਹਾਰਾਜ ਨੂੰ ਨਹੀਂ ਪਤਾ ਜੀ। ਥਨੇਸਰ ਦੀ ਧਰਤੀ 'ਤੇ ਬੈਠ ਕੇ ਆਉਣ ਵਾਲਾ ਸਮਾਂ ਮਹਾਰਾਜ ਦੱਸਣ ਦੇ ਹੈ। ਮਹਾਰਾਜ ਕਹਿੰਦੇ ਸਿੱਧ ਜੀ, ਨਾਥ ਜੀ, ਜੋਗੀ ਜੀ। ਮਹਾਰਾਜ ਕਹਿੰਦੇ ਹਜ਼ੂਰ ਸਾਹਿਬ ਵਾਹਿਗੁਰੂ, ਗੋਦਾਵਰੀ ਦੇ ਕੰਢੇ ਜਾ ਕੇ ਸਰੀਰ ਤਿਆਗਣਾ ਅਸੀਂ। ਹਾਂਜੀ, ਸੁਣ ਕਰ ਸਿੱਧ ਸਗਰੇ ਹਰ ਖਾਏ, ਸੁਣ ਕੇ ਸਿੱਧ ਪ੍ਰਸੰਨ ਹੋਏ ਵੀ ਮਹਾਰਾਜ ਸੱਚੇ ਪਾਤਸ਼ਾਹ ਨੇ ਗਰੀਬ ਨਵਾਜੀ ਕੀਤੀ ਹੈ। ਭਾਵੇਂ ਆਪ ਤਾਂ ਨਹੀਂ ਆਉਣਾ ਪਰ ਗੁਰੂ ਜੀ ਦਾ ਖਾਲਸਾ ਉੱਧਰ ਆਏਗਾ। ਹਾਂਜੀ, ਲੀਨ ਪ੍ਰਸਾਦ ਦੀਨ ਤਿਸ ਥਾਏ, ਉੱਥੇ ਸਤਿਗੁਰੂ ਜੀ ਨੇ ਪ੍ਰਸ਼ਾਦ ਦਿੱਤਾ ਜੋਗੀਆਂ ਨੂੰ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਕੋਲ ਪ੍ਰਸ਼ਾਦ ਸੀਗਾ, ਸਤਿਗੁਰੂ ਜੀ ਨੇ ਉਹ ਪ੍ਰਸ਼ਾਦ ਜੋਗੀਆਂ ਨੂੰ ਦਿੱਤਾ। ਸਭ ਹਿੰਨ ਬਾਹਰ ਆਦੇਸ਼ ਬਖਾਨੀ, ਤੇ ਸਭ ਜੋਗੀਆਂ ਨੇ ਗੁਰੂ ਸਾਹਿਬ ਜੀ ਦਾ ਦਿੱਤਾ ਹੋਇਆ ਪ੍ਰਸ਼ਾਦ ਛੱਕ ਕੇ ਆਦੇਸ਼ ਆਦੇਸ਼ ਗੁਰੂ ਜੀ ਨੂੰ ਕਿਹਾ ਜੀ, ਭਾਵ ਨਮਸਕਾਰ ਕੀਤੀ। ਆਪਾਂ ਵੀ ਕਰੀਏ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਹਾਂਜੀ, ਸਨਮਾਨਿਤ ਕਲਗੀ ਧਰਮਾਨੀ, ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦਾ ਬੜਾ ਸਨਮਾਨ ਕੀਤਾ। ਹੁਣ ਕਥਾ ਸੁਣ ਕੇ ਪਤਾ ਲੱਗ ਗਿਆ ਹੋਏਗਾ ਮਹਾਰਾਜ ਸੱਚੇ ਪਾਤਸ਼ਾਹ ਸੂਰਜ ਗ੍ਰਹਿਣ 'ਤੇ ਹੀ ਮਹਾਰਾਜ ਕਿਉਂ ਗਏ ਸੀਗੇ ਜੀ, ਕਿਉਂਕਿ ਇਹ ਸਿੱਧ ਉੱਥੇ ਬੈਠਾ ਸੀਗਾ। ਅਤੇ ਇਉਂ ਮਹਿਸੂਸ ਹੁੰਦਾ ਹੈ ਜਿਵੇਂ ਇਹਨੇ ਗੁਰੂ ਨਾਨਕ ਸਾਹਿਬ ਜੀ ਅੱਗੇ ਬੇਨਤੀ ਕੀਤੀ ਹੋਵੇ, ਮਹਾਰਾਜ ਨੇ ਦੱਸਿਆ ਹੋਵੇ ਭਾਈ 10 ਜਾਮਿਆਂ ਵਿੱਚ ਆਵਾਂਗੇ, ਅਤੇ ਇਹਨੇ ਜਿਵੇਂ ਮਹਾਰਾਜ ਅੱਗੇ ਬੇਨਤੀ ਕੀਤੀ ਹੋਵੇ, ਮਹਾਰਾਜ 10ਵੇਂ ਜਾਮੇ 'ਚ ਦਰਸ਼ਨ ਬਖਸ਼ਿਓ, ਅਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆ ਕੇ ਦਰਸ਼ਨ ਬਖਸ਼ ਦਿੱਤੇ ਜੀ ਇਹਨੂੰ ਜੀ। ਕਿਸੇ ਨੂੰ ਕੀ ਪਤਾ ਮਹਾਰਾਜ ਕਿੱਧਰ ਜਾ ਰਹੇ ਹੈ। ਹਾਂਜੀ, ਚੱਲੇ ਅਗਰ ਨਗਰੀ ਮੈਂ ਆਏ, ਥਨੇਸਰ ਤੋਂ ਚੱਲ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਅੱਗੇ ਨਗਰੀ ਵਿੱਚ ਆਏ, ਥਨੇਸਰ ਸ਼ਹਿਰ ਵਿੱਚ ਆਏ ਜੀ। ਥਨੇਸਰ ਦੇ ਦੱਖਣ ਵਾਲੇ ਪਾਸੇ ਤੀਰਥ ਹੈ, ਹੁਣ ਮਹਾਰਾਜ ਸ਼ਹਿਰ ਵਿੱਚ ਆ ਗਏ ਜੀ। ਹਾਂਜੀ, ਇੱਤ ਉੱਤ ਵਿਚਰੇ ਦੇਖਤ ਥਾਏ, ਇੱਧਰ ਉੱਧਰ ਵਿਚਰ ਕੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਨੇ ਥਨੇਸਰ ਦਾ ਸਾਰਾ ਇਲਾਕਾ ਵੇਖਿਆ। ਪੁਰ ਬਿਲੋਕ ਕਰ ਗਰੀ ਬਜ਼ਾਰੇ, ਮਹਾਰਾਜ ਨੇ ਗਲੀਆਂ ਪੂਰੀ ਵੇਖੀ, ਉੱਥੋਂ ਦਾ ਸ਼ਹਿਰ ਦਾ ਸਾਰਾ ਕੁਝ ਵੇਖਿਆ ਸੱਚੇ ਪਾਤਸ਼ਾਹ ਨੇ। ਬਾਹਰ ਅਗਾਰੀ ਨਿਕਸ ਪਧਾਰੇ, ਫਿਰ ਮਹਾਰਾਜ ਸ਼ਹਿਰ ਵਿੱਚੋਂ ਹੁੰਦੇ ਹੋਏ ਥਨੇਸਰ ਤੋਂ ਅੱਗੇ ਵਧੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦੱਖਣ ਦੇਸ਼ ਤੀਰਥ ਪਰ ਆਏ, ਦੱਖਣ ਵਾਲੇ ਪਾਸੇ ਜਿੱਧਰ ਤੀਰਥ ਸੀ ਸੱਚੇ ਪਾਤਸ਼ਾਹ ਜੀ ਮਹਾਰਾਜ, ਫਿਰ ਉਸ ਪਾਸੇ ਆ ਗਏ। ਸਿੰਘ ਉਤਾਰੇ ਦੂਰ ਕਥਾਏ, ਤੇ ਸਿੰਘ ਮਹਾਰਾਜ ਦੇ ਨਾਲ ਸਨ, ਸਿੰਘਾਂ ਦਾ ਪੜਾਅ ਇੱਕ ਪਾਸੇ ਮਹਾਰਾਜ ਨੇ ਦੂਰ ਥਾਂ 'ਤੇ ਲਵਾ ਦਿੱਤਾ। ਗੱਜ ਕੇ ਆਖੋ ਵਾਹਿਗੁਰੂ, ਕਿਉਂ ਸਿੰਘਾਂ ਨੂੰ ਖੁੱਲ੍ਹੀ ਡੁੱਲੀ ਥਾਂ 'ਤੇ ਪੜਾਅ ਚਾਹੀਦਾ ਸੀਗਾ, ਹਾਥੀ ਘੋੜੇ ਨਾਲ ਨੇ, ਸਿੰਘਾਂ ਦਾ ਪੜਾਅ ਮਹਾਰਾਜ ਨੇ ਇੱਕ ਪਾਸੇ ਲਵਾ ਦਿੱਤਾ। ਆਪ ਬਿਲੋਕੇ ਸੁੰਦਰ ਤੀਰ, ਆਪ ਸੱਚੇ ਪਾਤਸ਼ਾਹ ਨੇ ਇੱਕ ਸੋਹਣਾ ਕਿਨਾਰਾ ਵੇਖਿਆ ਜੀ। ਹਾਂਜੀ, ਮੇਲਾ ਹੋਏ ਰਹਿਓ ਬਹੁ ਭੀਰ, ਮਹਾਰਾਜ ਨੇ ਸੋਹਣਾ ਕਿਨਾਰਾ ਵੇਖ ਕੇ ਉੱਥੇ ਆਸਣ ਕੀਤਾ, ਮੇਲਾ ਪੂਰਾ ਭਰਿਆ ਹੋਇਆ ਜੀ, ਮੇਲੇ ਵਿੱਚ ਬਹੁਤ ਲੋਕ ਆ ਰਹੇ ਹੈ।
ਹਾਂਜੀ ਏਕ ਅਟਾਰੀ ਅਟਣ ਸ਼ਾਹੂ ਤੇ ਇੱਕ ਅਟਣ ਸ਼ਾਹ ਦੀ ਅਟਾਰੀ ਸੀਗੀ ਸਾਧ ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ ਅਟਣ ਸ਼ਾਹ ਨਾਮ ਤੋਂ ਹੀ ਪਤਾ ਲੱਗਦਾ ਵੀ ਕਿਸੇ ਮੁਸਲਮਾਨ ਫਕੀਰ ਦੀ ਗੱਲ ਹੋ ਰਹੀ ਹੈ ਅਟਣ ਸ਼ਾਹ ਦੀ ਅਟਾਰੀ ਸੀਗੀ ਉੱਥੇ ਲਾਗੇ ਹਾਂਜੀ ਉਤਰੇ ਪ੍ਰਭੂ ਜਾਏ ਤਿਸ ਮਾਹੂ ਜਦੋਂ ਇੱਕ ਪਾਸੇ ਅਟਾਰੀ ਅਟਾਰੀ ਹੁੰਦੀ ਉੱਚੀ ਥਾਂ 'ਤੇ ਜੀ ਆਸਣ ਲੱਗਣਾ ਤੇ ਮਹਾਰਾਜ ਗਰੀਬ ਨਿਵਾਜ ਜੀ ਉਹਦੀ ਅਟਾਰੀ ਵਿੱਚ ਜਾ ਉਤਰੇ ਹਾਂਜੀ ਪੱਛਮ ਦਿਸ਼ ਤੀਰਥ ਕੀ ਬਾਹੀ ਤੇ ਸਾਧ ਸੰਗਤ ਤੀਰਥ ਦੇ ਪੱਛਮ ਵਾਲੇ ਪਾਸੇ ਜਿਹੜੀ ਬਾਹੀ ਸੀ ਨਿਸਮੈ ਬਾਸ ਕਰਤ ਭੇਤਾਹੀ ਗੱਜ ਕੇ ਆਖੋ ਉੱਥੇ ਮਹਾਰਾਜ ਨੇ ਰਾਤ ਰਹਿਣਾ ਸੀਗਾ ਜੀ ਇੱਕ ਪਾਸੇ ਉਹ ਅਟਣ ਸ਼ਾਹ ਦੀ ਅਟਾਰੀ ਹੈ ਪੱਛਮ ਵਾਲੇ ਪਾਸੇ ਉੱਥੇ ਮਹਾਰਾਜ ਗਰੀਬ ਨਿਵਾਜ ਜੀ ਨੇ ਰਾਤ ਰਹਿਣ ਦਾ ਫੁਰਨਾ ਬਣਾ ਲਿਆ ਹਾਂਜੀ ਭਈ ਪ੍ਰਭਾਤ ਪੁੰਜ ਦਿਜ ਆਏ ਉੱਥੇ ਮਹਾਰਾਜ ਰਾਤ ਰਹੇ ਅਤੇ ਜਦੋਂ ਦਿਨ ਚੜ੍ਹਿਆ ਅਤੇ ਬਹੁਤ ਸਾਰੇ ਬ੍ਰਾਹਮਣਾਂ ਨੂੰ ਪਤਾ ਲੱਗਾ ਭਾਈ ਗੁਰੂ ਨਾਨਕ ਦੇਵ ਸਾਹਿਬ ਜੀ ਦੀ ਗੱਦੀ ਦੇ ਮਾਲਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਆਏ ਨੇ ਬਹੁਤ ਸਾਰੇ ਬ੍ਰਾਹਮਣ ਹਜ਼ੂਰ ਗਰੀਬ ਨਿਵਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਹੁੰਚੇ ਸੁਧ ਕੋ ਸੁਣ ਸੁਣ ਬਹੁਤ ਉਤਲਾਏ ਬਸ ਜਿਹਨੂੰ ਜਿਹਨੂੰ ਪਤਾ ਲੱਗਾ ਦੌੜ ਦੌੜ ਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਆਉਣ ਲੱਗਾ ਸਭ ਕੋ ਦਰਬ ਇਕੱਤਰੈ ਦੀਨੋ ਗੱਜ ਕੇ ਆਖੋ ਸਾਰਿਆਂ ਨੂੰ ਮਹਾਰਾਜ ਗਰੀਬ ਨਿਵਾਜ ਜੀ ਨੇ ਮਾਇਆ ਦਿੱਤੀ ਖੂਬ ਮਾਇਆ ਦੇ ਨਾਲ ਗੁਰੂ ਸਾਹਿਬ ਨੇ ਬ੍ਰਾਹਮਣਾਂ ਨੂੰ ਪ੍ਰਸੰਨ ਕੀਤਾ ਆਪਸ ਮੈਂ ਤਿੰਨ ਬੰਟਨ ਕੀਨੋ ਆਪਸ ਵਿੱਚ ਉਹਨਾਂ ਨੇ ਮਾਇਆ ਵੰਡ ਲਈ ਕਿਉਂ ਸਤਿਗੁਰੂ ਜੀ ਕੋਲ ਤੇ ਜਿਹੋ ਜੀ ਇੱਛਾ ਰੱਖ ਕੇ ਕੋਈ ਆਏਗਾ ਮਹਾਰਾਜ ਨੇ ਵੈਸਾ ਹੀ ਦਾਨ ਦੇ ਦੇਣਾ ਹੈ ਜੀ ਉਹਨਾਂ ਦੀ ਇੱਛਾ ਸੀਗੀ ਵੀ ਮਹਾਰਾਜ ਸਾਨੂੰ ਮਾਇਆ ਦਾ ਦਾਨ ਦੇਣ ਮਹਾਰਾਜ ਨੇ ਮਾਇਆ ਦੇ ਦਿੱਤੀ ਜੀ ਹਾਂਜੀ ਰਾਮ ਦੱਤ ਕਿੰਗਰੀਆ ਏਕ ਉਹਨਾਂ ਵਿੱਚ ਸਾਧ ਸੰਗਤ ਜੀ ਰਾਮ ਦੱਤ ਕਿੰਗਰੀਆ ਸੀਗਾ ਇੱਕ ਹਾਂਜੀ ਜਿਸ ਕੇ ਉਰ ਕੁਛ ਗੁਰਨ ਵਿਵੇਕ ਹੈ ਉਹ ਵੀ ਬ੍ਰਾਹਮਣ ਸੀ ਪਰ ਉਹ ਆਮ ਬ੍ਰਾਹਮਣ ਨਹੀਂ ਸੀਗਾ ਉਹਦੇ ਅੰਦਰ ਗਿਆਨ ਸੀਗਾ ਸਤਿਗੁਰੂ ਦੇ ਪਰਥਾਏ ਗਿਆਨ ਸੀ ਇਹਨਾਂ ਕੋ ਇਕੱਲੀ ਮਾਇਆ ਨਹੀਂ ਮੰਗਣੀ ਇਹਨਾਂ ਕੋ ਕੁਝ ਹੋਰ ਵੀ ਮੰਗਣਾ ਹੈ ਹਾਂਜੀ ਰਹੇ ਉਹ ਹਜ਼ੂਰ ਬਿਲੋਕਤ ਦਰਸ਼ਨ ਸਭ ਬ੍ਰਾਹਮਣ ਦਾਨ ਲੈ ਕੇ ਜਾਂਦੇ ਰਹੇ ਪਰ ਰਾਮ ਦੱਤ ਕਿੰਗੁਰੀਆ ਉਹ ਨਹੀਂ ਗਿਆ ਜੀ ਗੱਜ ਕੇ ਆਖੋ ਵਾਹਿਗੁਰੂ ਉਹ ਵੇਖਦਾ ਹੀ ਰਿਹਾ ਮਹਾਰਾਜ ਵੱਲ ਕਦੀ ਮਹਾਰਾਜ ਦਾ ਚਿਹਰਾ ਵੇਖੇ ਕਦੀ ਮਹਾਰਾਜ ਦੀ ਕਲਗੀ ਵੇਖੇ ਮਹਾਰਾਜ ਕਿਵੇਂ ਬੈਠ ਰਹੇ ਹੈ ਕਿਵੇਂ ਸਤਿਗੁਰੂ ਹੱਸਦੇ ਹੈ ਕਿਵੇਂ ਮਹਾਰਾਜ ਬੋਲਦੇ ਹੈ ਉਹ ਰਾਮ ਦੱਤ ਕਿੰਗਰੀਆ ਵੇਖੀ ਜਾਵੇ ਬਸ ਮਹਾਰਾਜ ਵੱਲ ਮਹਾਰਾਜ ਦੇ ਦਰਸ਼ਨ ਕਰੀ ਜਾਵੇ ਰਹਿਓ ਹਜ਼ੂਰ ਬਿਲੋਕਤ ਦਰਸ਼ਨ ਉਹ ਮਹਾਰਾਜ ਦੇ ਦਰਸ਼ਨ ਕਰੀ ਜਾਵੇ ਬਾਰ ਬਾਰ ਬੈਠਾ ਹਾਂਜੀ ਅਬਲਾਖਤ ਕਲਿਆਣ ਆਪਣ ਮਨ ਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਕਰਕੇ ਉਹਦੇ ਮਨ ਵਿੱਚ ਫੁਰਨਾ ਆਇਆ ਮਨਾ ਪੈਸੇ ਦੇਣ ਵਾਲੇ ਤੇ ਹੋਰ ਵੀ ਬਹੁਤ ਲੋਕ ਨੇ ਅੱਜ ਰੱਬ ਰੂਪ ਗੁਰੂ ਗੋਬਿੰਦ ਸਿੰਘ ਸਾਹਿਬ ਆਏ ਇਹਨਾਂ ਕੋਲ ਆਪਣੀ ਕਲਿਆਣ ਕਰਾ ਲਵਾਂ ਮੈਂ ਗੱਜ ਕੇ ਆਖੋ ਵਾਹਿਗੁਰੂ ਇਹਨਾਂ ਕੋਲ ਆਪਣੀ ਕਲਿਆਣ ਕਰਵਾ ਲਵਾਂ ਇੱਕ ਗੱਲ ਫਿਰ ਸੁਣਿਓ ਸਾਧ ਸੰਗਤ ਜੀ ਬਹੁਤੇ ਤੇ ਮੌਜ ਮੇਲੇ ਵਾਲੇ ਹੁੰਦੇ 'ਚ ਕੋਈ ਇੱਕ ਅੱਧਾ ਸਿਆਣਾ ਵਿੱਚੋਂ ਨਿਕਲ ਆਉਂਦਾ ਹੈ ਜੀ ਇੱਕ ਅੱਧਾ ਸਿਆਣਾ ਨਿਕਲ ਆਉਂਦਾ ਹੈ ਰਾਮ ਦੱਤ ਕਿੰਗੁਰੀਆ ਜੀ ਮਹਾਰਾਜ ਦੇ ਦਰਸ਼ਨ ਕਰ ਕਰਕੇ ਸੋਚਣ ਦੇ ਮਨਾ ਮੈਂ ਕੀ ਕਰਨਾ ਮਾਇਆ ਨੂੰ ਮੈਂ ਸਤਿਗੁਰੂ ਜੀ ਕੋਲੋਂ ਆਪਣੀ ਕਲਿਆਣ ਮੰਗਾਂ ਫਿਰ ਪਤਾ ਨਹੀਂ ਮੁੜ ਦਰਸ਼ਨ ਹੋਣੇ ਕਿ ਨਹੀਂ ਹੋਣੇ ਹਾਂਜੀ ਕਿਰਪਾ ਦ੍ਰਿਸ਼ਟ ਪਿਖ ਕਹਿਓ ਸੰਗ ਤਿਹੇ ਮਹਾਰਾਜ ਨੇ ਵੇਖਿਆ ਵੀ ਸਭ ਬ੍ਰਾਹਮਣ ਚਲੇ ਗਏ ਹੈ ਕੋਈ ਦਾਨ ਲੈ ਕੇ ਚਲੇ ਗਿਆ ਕੋਈ ਲੰਗਰ ਖਾ ਕੇ ਚਲੇ ਗਿਆ ਮਹਾਰਾਜ ਨੇ ਲੰਗਰ ਵੀ ਲਵਾਇਆ ਸੀ ਉੱਥੇ ਸਿੰਘਾਂ ਕੋਲੋਂ ਆਪਣਾ ਪਰ ਰਾਮ ਦੱਤ ਕਿੰਗਰੀਆ ਨਹੀਂ ਜਾ ਰਿਹਾ ਮਹਾਰਾਜ ਨੇ ਵੇਖਿਆ ਉਹਦੇ ਵੱਲ ਵੇਖਿਆ ਕਿ ਸਾਧ ਸੰਗਤ ਜੀ ਬਸ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਕਿ ਉਹਦੇ ਵੱਲ ਜੀ ਗੱਜ ਕੇ ਆਖੋ ਵਾਹਿਗੁਰੂ ਕਿਰਪਾ ਦ੍ਰਿਸ਼ਟ ਕਰ ਪਿਖਿਓ ਤੇ ਸੰਗ ਰਾਮ ਦੱਤ ਕਿੰਗਰੀਏ ਨੂੰ ਵੇਖ ਕੇ ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਨਾਲ ਵੇਖਿਆ ਵੇਖੋ ਰਾਮ ਦੱਤ ਕਿੰਗਰੀਆ ਜੀ ਕਾਲੇ ਨਹੀਂ ਪਏ ਬੈਠੇ ਰਹੇ ਅਤੇ ਮਹਾਰਾਜ ਨਾਲ ਗੱਲ ਕਰਨ ਦਾ ਮੌਕਾ ਮਿਲ ਗਿਆ ਜੀ
ਜਾਂਚੋਂ ਦਿਜ ਸਭ ਕੁਛ ਗੁਰ ਕਰਮ ਹੈ। ਉਹ ਜਿਹੜਾ ਫੁਰਨਾ ਬਣਾ ਕੇ ਬੈਠਾ ਸੀਗਾ ਮਹਾਰਾਜ ਨੇ ਉਹੀ ਬਚਨ ਕੀਤਾ। ਮਹਾਰਾਜ ਕਹਿੰਦੇ ਬ੍ਰਾਹਮਣ ਜੀ ਤੁਸੀਂ ਵੀ ਕੁਝ ਮੰਗ ਲਓ, ਗੱਜ ਕੇ ਆਖੋ ਵਾਹਿਗੁਰੂ। ਜੋ ਮੰਗੋਗੇ ਗੁਰੂ ਘਰ ਵਿੱਚ ਸਭ ਕੁਝ ਹੈ। ਬਸ ਇਸ ਗੱਲ ਦਾ ਚੇਤਾ ਰੱਖਿਓ। ਆਪਾਂ ਤਾਂਹੀਓ ਇੱਧਰ ਉੱਧਰ ਦੌੜ ਜਾਂਦੇ ਹਾਂ ਡਾਵਾਂ ਡੋਲ ਵਾਲੇ ਬੰਦੇ। ਗੁਰੂ ਘਰ ਵਿੱਚ ਸਭ ਕੁਝ ਹੈ, ਜੋ ਮੰਗੋਗੇ ਮਿਲੇਗਾ ਮਹਾਰਾਜ ਕਹਿੰਦੇ। ਹਾਂਜੀ, ਸੁਣ ਕਲਗੀ ਧਰਤੇ ਵਡਭਾਗੀ। ਵੱਡਿਆਂ ਭਾਗਾਂ ਵਾਲੇ ਰਾਮ ਦੱਤ ਕਿੰਗਰੀਆ ਜੀ ਨੇ ਜਦੋਂ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਕੋਲੋਂ ਇਹ ਬਚਨ ਸੁਣਿਆ, ਬੋਲਿਓ ਬਿਪਰ ਸ਼੍ਰੇ ਅਨੁਰਾਗੀ। ਤੇ ਸਾਧ ਸੰਗਤ ਜੀ ਹੈ ਤੇ ਉਹ ਵੀ ਬ੍ਰਾਹਮਣ, ਤੇ ਉਹ ਵੀ ਬ੍ਰਾਹਮਣ ਸਨ ਮਾਇਆ ਲੈ ਕੇ ਜਿਹੜੇ ਦੌੜ ਗਏ, ਪਰ ਇਹ ਹੱਥ ਜੋੜ ਕੇ ਕਹਿਣ ਲੱਗੇ ਅੰਦਰ ਮੁਕਤੀ ਦਾ ਪਿਆਰ ਸੀਗਾ ਇਹਦੇ, ਵੀ ਦਸਵੇਂ ਪਾਤਸ਼ਾਹ ਮੈਨੂੰ ਮੁਕਤ ਕਰ ਦੇਣ, ਹੋਰ ਨਹੀਂ ਕੁਝ ਚਾਹੀਦਾ। ਹਾਂਜੀ, ਮੈਂ ਲੋਭੀ ਨਹਿ ਲੇਵਨ ਕੇਰਾ। ਹੱਥ ਜੋੜ ਕੇ ਕਹਿਣ ਲੱਗੇ ਸਤਿਗੁਰੂ ਜੀ ਮੈਂ ਕੋਈ ਬਾਹਰੀ ਪਦਾਰਥ ਲੈਣ ਦਾ ਲੋਭੀ ਨਹੀਂ ਹਾਂ, ਗੱਜ ਕੇ ਆਖੋ ਵਾਹਿਗੁਰੂ। ਇਹ ਗੱਲਾਂ ਸਾਵਧਾਨ ਹੋ ਕੇ ਸੁਣਿਓ ਸਾਧ ਸੰਗਤ ਜੀ, ਬੜੀਆਂ ਜ਼ਰੂਰੀ ਨੇ। ਮਹਾਰਾਜ ਮੈਂ ਕੋਈ ਬਾਹਰੀ ਪਦਾਰਥ ਲੈਣ ਦਾ ਲੋਭੀ ਨਹੀਂ ਹੈਗਾ। ਹਾਂਜੀ, ਕਰ ਪਕਰੋ ਸ਼ੋਰੋ ਨਹਿ ਮੇਰਾ। ਮਹਾਰਾਜ ਕਹਿੰਦੇ ਫਿਰ ਕੁਝ ਮੰਗ ਲਓ। ਤੇ ਰਾਮ ਦੱਤ ਕਿੰਗਰੀਆ ਜੀ ਪਤਾ ਕੀ ਕਹਿੰਦੇ, ਮਹਾਰਾਜ ਮੈਂ ਜੋ ਮੰਗਾਂਗਾ ਮੈਨੂੰ ਦੇ ਦਿਓਗੇ। ਮਹਾਰਾਜ ਕਹਿੰਦੇ ਹਾਂ, ਗੁਰੂ ਘਰੋਂ ਜੋ ਮੰਗੋਗੇ ਉਹ ਮਿਲੇਗਾ, ਜੋ ਰਾਮ ਦੱਤ ਕਿੰਗਰੀਆ ਜੀ ਦਸਵੇਂ ਪਾਤਸ਼ਾਹ ਕੋ ਮੰਗ ਰਹੇ ਹੈ ਉਹ ਆਪਾਂ ਵੀ ਸਾਰੇ ਮੰਗ ਲਈਏ। ਇਹ ਪਤਾ ਕੀ ਕਹਿਣ ਲੱਗੇ, ਮਹਾਰਾਜ ਮੇਰੀ ਬਾਂਹ ਫੜ ਲਓ ਅਤੇ ਛੱਡਿਓ ਨਾ ਕਦੀ ਵੀ, ਸੱਚੇ ਪਾਤਸ਼ਾਹ ਮੇਰੀ ਬਾਂਹ ਫੜ ਲਓ ਅਤੇ ਛੱਡਿਓ ਨਾ ਕਦੀ ਸੱਚੇ ਪਾਤਸ਼ਾਹ। ਪਤਾ ਨਹੀਂ ਉਹਨੇ ਕੀ ਰੂਪ ਵੇਖਿਆ ਮਹਾਰਾਜ ਦਾ, ਕਿਸ ਰੂਪ ਵਿੱਚ ਉਹਨੂੰ ਸੱਚੇ ਪਾਤਸ਼ਾਹ ਦੇ ਦਰਸ਼ਨ ਹੋ ਗਏ, ਇਹ ਤਾਂ ਰਾਮ ਦੱਤ ਕਿੰਗਰੀਆ ਜੀ ਜਾਣਦੇ ਹੈ। ਹਾਂਜੀ, ਕਿਸ ਹੂੰ ਕੀ ਹੋਵੇ ਪਹੁੰਚ ਨਾ ਜਹਾਂ, ਮੋਹੇ ਦੀਨ ਕੋ ਰਾਖੋ ਤਹਾਂ। ਮਹਾਰਾਜ ਸੱਚੇ ਪਾਤਸ਼ਾਹ ਜਿੱਥੇ ਕਿਸੇ ਦੀ ਪਹੁੰਚ ਨਹੀਂ ਹੈਗੀ, ਮਹਾਰਾਜ ਮੈਨੂੰ ਗਰੀਬ ਨੂੰ ਉੱਥੇ ਰੱਖੋ। ਹੁਣ ਸਤਿਗੁਰੂ ਜੀ ਦੇ ਚਰਨਾਂ ਵਿੱਚ ਹਰ ਇੱਕ ਦੀ ਪਹੁੰਚ ਨਹੀਂ ਹੈਗੀ, ਜਣੇ ਖਣੇ ਦੀ ਖੇਡ ਨਹੀਂ ਹੈਗੀ, ਚਰਨਾਂ ਤੱਕ ਪਹੁੰਚ ਜਾਣਾ, ਭਾਗਾਂ ਵਾਲੇ ਪਹੁੰਚਦੇ ਹੈ। ਮਹਾਰਾਜ ਮੈਨੂੰ ਉੱਥੇ ਰੱਖੋ, ਮੈਨੂੰ ਗਰੀਬ ਨੂੰ ਉੱਥੇ ਰੱਖੋ। ਹਾਂਜੀ, ਸ਼੍ਰੀ ਗੁਰ ਕਹਿਓ ਸਹਿਤ ਪਰਵਾਰਾ, ਤਹਾਂ ਬੁਲਾਈਏ ਗਾ ਸੁਖ ਭਾਰਾ। ਗੱਜ ਕੇ ਆਖੋ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ ਨੇ ਹੱਸ ਕੇ ਕਹਿਣ ਲੱਗੇ। ਮਹਾਰਾਜ ਕਹਿੰਦੇ ਭਾਈ ਤੈਨੂੰ ਪਰਿਵਾਰ ਸਹਿਤ ਆਪਣੇ ਕੋਲ ਸੱਦਾਂਗੇ। ਮਹਾਰਾਜ ਕਹਿੰਦੇ ਪਤਾ ਨਹੀਂ ਉਹਦੇ 'ਤੇ ਕੀ ਕਿਰਪਾ ਕਰਨੀ ਹੈ। ਤੁਸੀਂ ਵੇਖੋ ਸਾਰਿਆਂ ਨੇ ਮਾਇਆ ਮੰਗ ਲਈ, ਪਰ ਉਹ ਬੈਠਾ ਰਿਹਾ ਉਹਨੇ ਮਾਇਆ ਨਹੀਂ ਮੰਗੀ ਜੀ। ਇਹ ਵੀ ਮੰਗਣ ਦਾ ਕਿਸੇ ਵਿਰਲੇ ਨੂੰ ਪਤਾ ਹੁੰਦਾ ਕਿਹਦੇ ਕੋਲ ਕੀ ਮੰਗਣਾ ਹੈ, ਉਹਨੇ ਮਾਇਆ ਨਹੀਂ ਮੰਗੀ। ਉਹਨੇ ਕਿਹਾ ਮਹਾਰਾਜ ਮੇਰੀ ਬਾਂਹ ਫੜ ਦਿਓ ਅਤੇ ਮੁੜ ਛੱਡਿਓ ਨਾ ਕਦੀ। ਹਜ਼ੂਰ ਗਰੀਬ ਨਵਾਜ ਕਹਿੰਦੇ ਹੈ, ਮਹਾਰਾਜ ਕਹਿੰਦੇ ਹੈ ਸ਼੍ਰੀ ਗੁਰ ਕਹਿਓ ਸਹਿਤ ਪਰਵਾਰਾ, ਤਹਾਂ ਬੁਲਾਈਏ ਗਾ ਸੁਖ ਭਾਰਾ। ਮਹਾਰਾਜ ਕਹਿੰਦੇ ਭਾਈ ਤੈਨੂੰ ਪਰਿਵਾਰ ਸਮੇਤ ਆਪਣੇ ਕੋਲ ਸੱਦ ਕੇ ਸੁੱਖ ਦਿਆਂਗੇ। ਮਹਾਰਾਜ ਕਹਿੰਦੇ ਹਾਂਜੀ। ਇਮ ਕਹਿ ਘੋੜਾ ਏਕ ਕਟਾਰ, ਦਈ ਅਸ਼ਰਫੀ ਕਿਤਕ ਨਿਕਾਰ। ਇਹਦਾ ਅਰਥ ਪਤਾ ਕੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਇਕੱਲਾ ਉਹਨੂੰ ਹੀ ਨਹੀਂ ਮੁਕਤ ਕੀਤਾ, ਰਾਮ ਦੱਤ ਕਿੰਗਰੀਆ ਜੀ ਦੇ ਪਰਿਵਾਰ ਨੂੰ ਵੀ ਮੁਕਤ ਕਰ ਦਿੱਤਾ ਸੱਚੇ ਪਾਤਸ਼ਾਹ ਨੇ। ਮਹਾਰਾਜ ਕਹਿੰਦੇ ਸਾਰੇ ਹੀ ਸਾਡੇ ਕੋਲ ਪਹੁੰਚ ਗਏ ਭਾਈ, ਸਾਰੇ ਸੁੱਖ ਭੋਗੋਗੇ। ਇਹ ਬਚਨ ਕਹਿ ਕੇ ਹੁਣ ਮਹਾਰਾਜ ਸੱਚੇ ਪਾਤਸ਼ਾਹ ਖੁਸ਼ ਹੋਏ, ਸਿੰਘਾਂ ਨੂੰ ਆਖਿਆ ਸਿੰਘੋ ਇੱਕ ਘੋੜਾ ਸਵਾਰੋ। ਮਹਾਰਾਜ ਕਹਿੰਦੇ ਘੋੜੇ 'ਤੇ ਕਾਠੀ ਸਜਾਓ। ਸਾਧ ਸੰਗਤ ਜੀ ਘੋੜੇ 'ਤੇ ਕਾਠੀ ਸਜਾਈ, ਇੱਕ ਕਟਾਰ ਸੱਚੇ ਪਾਤਸ਼ਾਹ ਨੇ ਆਪਣੇ ਕਮਰ ਕੱਸੇ ਵਿੱਚੋਂ ਦਿੱਤੀ ਅਤੇ ਮਹਾਰਾਜ ਨੇ ਕਈ ਅਸ਼ਰਫੀਆਂ ਕੱਢੀਆਂ। ਕਟਾਰ ਵੀ ਰਾਮ ਦੱਤ ਕਿੰਗਰੀਆ ਜੀ ਨੂੰ ਦਿੱਤੀ, ਅਸ਼ਰਫੀਆਂ ਵੀ ਰਾਮ ਦੱਤ ਕਿੰਗਰੀਆ ਜੀ ਨੂੰ ਦਿੱਤੀਆਂ,
ਤੇ ਸਜਾਇਆ ਹੋਇਆ ਘੋੜਾ ਵੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਬ੍ਰਾਹਮਣ ਜੀ ਤੁਸੀਂ ਰੱਖ ਲਓ ਗੱਜ ਕੇ ਆਖੋ ਵਾਹਿਗੁਰੂ। ਤੇ ਉਹਨਾਂ ਨੂੰ ਕੀ ਮਿਲ ਗਿਆ ਹੋਊਗਾ, ਦੋ ਦੋ ਚਾਰ ਚਾਰ ਪੰਜ ਪੰਜ, ਪਰ ਜਿਹਨੇ ਕੁਝ ਨਹੀਂ ਮੰਗਿਆ ਮਹਾਰਾਜ ਨੇ ਨਿਹਾਲ ਕਰਤਾ ਜੀ। ਜਿਹੜੇ ਸ਼ਸਤਰ ਨੇ ਨਾ ਸਾਧ ਸੰਗਤ, ਮੇਰੀ ਬੇਨਤੀ ਸੁਣਿਓ, ਇਹ ਸ਼ਸਤਰ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਹਾਥੀ ਨੇ, ਸਮਝੋ, ਕੱਟ ਕੇ ਆਖੋ ਵਾਹਿਗੁਰੂ। ਸੁਣਿਆ ਸੀ ਨਾ ਰਵਾਲਸਰ, ਜਦੋਂ ਮਹਾਰਾਜ ਸੱਚੇ ਪਾਤਸ਼ਾਹ ਗਏ ਤੇ ਚੰਬੇ ਦੇ ਰਾਜੇ ਦੀ ਬੇਟੀ ਮਹਾਰਾਜ ਕੋ ਆਈ, ਜਿਹਨੇ ਸਵਾਲ ਕੀਤਾ ਸੀਗਾ, ਹਾਂਜੀ ਉਹ ਸਾਰਾ ਪਾਉਣਾ ਦੂਜਾ ਗਾਉਣਾ, ਜਿਹਨੇ ਸਵਾਲ ਕੀਤਾ ਸੀ ਮਹਾਰਾਜ ਨੇ ਨਿਹਾਲ ਕੀਤਾ। ਉਹਨੇ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਮੱਥਾ ਟੇਕਿਆ, ਮਹਾਰਾਜ ਨੇ ਤੀਰ ਨਾਲ ਆਸ਼ੀਰਵਾਦ ਦਿੱਤਾ ਸੀਗਾ ਉਹਨੂੰ ਵੀ। ਤੀਰ ਨਾਲ ਆਸ਼ੀਰਵਾਦ ਦੇਣ ਦਾ ਕੀ ਮਤਲਬ ਹੈ? ਆਸ਼ੀਰਵਾਦ ਤਾਂ ਹੱਥ ਨਾਲ ਦਿੱਤਾ ਜਾਂਦਾ ਹੈ, ਇਹਦਾ ਮਤਲਬ ਸੀਗਾ ਸਾਡੇ ਸ਼ਸਤਰ ਸਾਡੇ ਹੱਥਾਂ ਦੇ ਬਰਾਬਰ ਹੀ ਨੇ ਭਾਈ, ਤੀਰ ਨੂੰ ਉੱਥੇ ਵਡਿਆਈ ਦਿੱਤੀ ਹੈ। ਉਹ ਕਹਿੰਦਾ ਮਹਾਰਾਜ ਮੇਰਾ ਹੱਥ ਫੜ ਲਓ, ਮੇਰੀ ਬਾਂਹ ਫੜ ਲਓ, ਮੁੜ ਛੱਡਿਓ ਨਾ ਕਦੀ। ਸਤਿਗੁਰੂ ਗਰੀਬ ਨਿਵਾਜ ਜੀ ਨੇ ਆਪਣਾ ਖਾਸ ਰੂਪ ਕਟਾਰ ਹੀ ਦੇ ਦਿੱਤੀ ਜੀ ਉਹਨੂੰ ਜੀ। ਮਹਾਰਾਜ ਕਹਿੰਦੇ ਇਹ ਰੱਖੋ ਭਾਈ, ਅਸ਼ਰਫੀਆਂ ਦਿੱਤੀਆਂ, ਸੱਜਿਆ ਹੋਇਆ ਘੋੜਾ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਨੇ ਰਾਮ ਦੱਤ ਕਿੰਗੁਰੀਆ ਜੀ ਨੂੰ ਦਿੱਤਾ। ਦੇ ਕਰ ਕਹਿਓ ਸਦਨ ਭਰਪੂਰ। ਹਜ਼ੂਰ ਗਰੀਬ ਨਿਵਾਜ ਸੱਚੇ ਪਾਤਸ਼ਾਹ ਦੇ ਕੇ ਕਹਿਣ ਲੱਗੇ, ਮਹਾਰਾਜ ਕਹਿੰਦੇ ਤੇਰਾ ਘਰ ਸਮਾਨ ਨਾਲ ਭਰ ਦਿੱਤਾ। ਗੱਜ ਕੇ ਆਖੋ ਵਾਹਿਗੁਰੂ। ਉਹ ਦਿੱਤੀਆਂ ਤਾਂ ਤਿੰਨ ਚੀਜ਼ਾਂ ਨੇ, ਪਰ ਦੇ ਕਰ ਕਹਿਓ ਸਦਨ ਭਰਪੂਰ। ਮਹਾਰਾਜ ਕਹਿੰਦੇ ਤੇਰਾ ਘਰ ਸਭ ਸੁੱਖ ਪਦਾਰਥਾਂ ਨਾਲ ਭਰ ਦਿੱਤਾ ਹੀ ਅੱਜ ਤੋਂ ਬਾਅਦ। ਹਾਂਜੀ, ਗੁਰ ਦਿਓ ਕਰ ਤੇਰੋ ਰੂਰ। ਗੱਜ ਕੇ ਆਖੋ ਗੁਰੂ ਨੇ, ਗੁਰੂ ਨਾਨਕ ਸਾਹਿਬ ਨੇ ਤੇਰੀ ਭਲਾਈ ਕਰ ਦਿੱਤੀ। ਉਹ ਮਹਾਰਾਜ ਕਹਿੰਦੇ ਤੇਰਾ ਭਲਾ ਕਰ ਦਿੱਤਾ ਜੀ। ਹਾਂਜੀ, ਬਾਹਰ ਰਾਮ ਦੱਤ ਕੀ ਗਏ ਬਾਹੂ। ਗੱਜ ਕੇ ਆਖੋ, ਉਹਦੀ ਇੱਕ ਆਸ਼ਾ ਤੇ ਵਿੱਚ ਹੀ ਰਹਿ ਗਈ ਕਿ ਕਟਾਰ ਵੀ ਦੇ ਤੀ, ਅਸ਼ਰਫੀ ਵੀ ਦੇ ਤੀ, ਘੋੜਾ ਵੀ ਦੇ ਤਾ, ਇਹ ਸਾਰਾ ਕੁਝ ਦੇ ਕੇ ਤੇ ਬਾਹਰੀ ਪਦਾਰਥਾਂ ਨਾਲ ਝੋਲੀ ਭਰ ਦਿੱਤੀ ਹੈ, ਪਰ ਜਿਹੜੀ ਬੇਨਤੀ ਮੈਂ ਕੀਤੀ ਸੀ ਕਲਗੀਧਰ ਨੇ ਬਾਂਹ ਨਹੀਂ ਅਜੇ ਫੜੀ। ਗੱਜ ਕੇ ਆਖੋ ਵਾਹਿਗੁਰੂ। ਚਲੋ ਬਚਨ ਮਹਾਰਾਜ ਨੇ ਕਰਤਾ, ਪਰ ਉਹਦੀ ਇੱਛਾ ਸੀਗੀ। ਸਾਧ ਸੰਗਤ ਜੀ, ਜਿਹੜੇ ਰਾਜੇ ਮਹਾਰਾਜੇ ਹੁੰਦੇ ਆ ਨਾ, ਉਹ ਹਾਥੀ ਕਿਸੇ ਨੂੰ ਲਾ ਦੇਣ ਨਾ, ਲੋਕ ਵੱਡੇ ਭਾਗ ਸਮਝਦੇ ਜਿਹੜੇ ਉਹਨਾਂ ਤੋਂ ਪ੍ਰਭਾਵਿਤ ਹੁੰਦੇ। ਉਹ ਉੱਠ ਖਲੋਤਾ, ਮਹਾਰਾਜ ਵੀ ਉੱਠ ਖਲੋਤੇ। ਉੱਠ ਖਲੋਤੇ ਦੇ ਮਨ ਵਿੱਚ ਫੁਰਨਾ ਆਇਆ ਵੀ ਮੇਰੀ ਬਾਂਹ ਤੇ ਫੜੀ ਨਹੀਂ ਮਹਾਰਾਜ ਨੇ, ਤੇ ਗੱਜ ਕੇ ਆਖੋ ਵਾਹਿਗੁਰੂ। ਬਹੁਰ ਰਾਮ ਦੱਤ ਕੀ ਕਹਿ ਬਾਹੂ, ਤੀਰਥ ਕੇ ਤਟ ਤਟ ਚੱਲ ਜਾਹੂ। ਮਹਾਰਾਜ ਸੱਚੇ ਪਾਤਸ਼ਾਹ ਉਹਦੇ ਅੰਦਰ ਦੀ ਗੱਲ ਜਾਣਗੇ, ਇਹ ਰਾਮ ਦੱਤ ਸ਼ਰਧਾ ਵਾਲਾ, ਇਹਦੀ ਭਾਵਨਾ 'ਚ ਕਿਤੇ ਕਮੀ ਨਾ ਰਹਿ ਜੇ। ਉੱਠ ਕੇ ਮਹਾਰਾਜ ਬਾਂਹ ਫੜ ਕੇ ਤੇ ਤੀਰਥ ਦੇ ਆਲੇ ਦੁਆਲੇ ਘੁੰਮਣ ਲੱਗ ਪਏ ਜੀ। ਅੱਜ ਕੇ ਆਖੋ ਵਾਹਿਗੁਰੂ। ਉਹ ਵੀ ਨਾਲ ਨਾਲ ਹੀ ਜੀ, ਉਹ ਵੀ ਨਾਲ ਨਾਲ ਹੀ। ਕਿਤੇ ਛੋਟੀ ਗੱਲ ਹੈ, ਕਲਗੀਧਰ ਜੀ ਨੇ ਆਮ ਇੱਕ ਮਨੁੱਖ ਦੀ ਬਾਂਹ ਫੜ ਕੇ ਤੇ ਤੀਰਥ ਤੇ ਸੈਰ ਕਰਨ ਦੇ ਆਉਣ, ਹੋਰ ਉਹਨੂੰ ਕੀ ਚਾਹੀਦਾ ਹੈ ਜੀ? ਹਾਂਜੀ, ਹੋਰ ਉਹਨੂੰ ਕੀ ਚਾਹੀਦਾ ਇਸ ਧਰਤੀ ਤੇ? ਹਾਂਜੀ, ਬਾਯੋ ਕੌਣ ਤੀਰਥ ਕੀ ਬੈਸੇ। ਫਿਰ ਮਹਾਰਾਜ ਉਹਨੂੰ ਲੈ ਕੇ ਤੇ ਬਾਂਹ ਨਾ ਛੱਡਣ ਉਹਦੀ ਜੀ। ਹਾਂਜੀ, ਉਹਦੀ ਬਾਂਹ ਨਾ ਛੱਡਣ, ਬਾਂਹ ਫੜੀ ਹੈ ਤੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਫੜੀ ਹੋਈ ਬਾਂਹ ਦੇ ਸਮੇਤ ਹੀ ਮਹਾਰਾਜ ਤੀਰਥ ਦੇ ਖੱਬੇ ਪਾਸੇ ਜਾ ਕੇ ਬਹਿ ਗਏ ਜੀ। ਪੱਛਮ ਵਾਲੇ ਪਾਸੇ ਤੋਂ ਤੁਰੇ, ਤੁਰਦੇ ਤੁਰਦੇ ਖੱਬੇ ਪਾਸੇ ਇਸ ਤਰ੍ਹਾਂ ਬਾਂਹ ਲਈ ਹੈ, ਨਾਲ ਬਿਠਾ ਲਿਆ ਮਹਾਰਾਜ ਨੇ ਉਹਨੂੰ। ਹਾਂਜੀ, ਦਰਸਹਿ ਲੋਕ ਦੂਜ ਸੱਸ ਜੈਸੇ। ਤੇ ਹੁਣ ਸਿੱਖ ਸਾਰੇ ਦਰਸ਼ਨ ਕਰਨ ਦੇ, ਲੋਕ ਦਰਸ਼ਨ ਕਰਨ ਦੇ ਤੇ ਮਹਿਸੂਸ ਕਰਨ ਦੇ ਰਾਮ ਦੱਤ ਕਿੱਡੇ ਭਾਗਾਂ ਵਾਲਾ। ਪਹਿਲਾਂ ਉਹਦੀ ਬਾਂਹ ਫੜ ਕੇ ਸਤਿਗੁਰੂ ਜੀ ਨੇ ਸੈਰ ਕੀਤੀ ਤੇ ਹੁਣ ਉਹਦੀ ਬਾਂਹ ਫੜ ਕੇ ਬੈਠੇ, ਬਾਂਹ ਹੀ ਨਹੀਂ ਛੱਡ ਰਹੇ। ਗੱਜ ਕੇ ਆਖੋ ਵਾਹਿਗੁਰੂ, ਹੁਣ ਉਹਦੀ ਬਾਂਹ ਹੀ ਨਹੀਂ ਛੱਡ ਰਹੇ। ਹਾਂਜੀ, ਏਕ ਸੌਦਾਗਰ ਤਬ ਤਹਿ ਆਏ ਕਰ ਬੰਧਨ ਕੋ ਬਾਕ ਸੁਣਾਏ। ਉੱਥੇ ਫਿਰ ਇੱਕ ਸੌਦਾਗਰ ਆਇਆ, ਉਹਨੇ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ
ਉਹ ਫਿਰ ਆਪਾਂ ਕੱਲ੍ਹ ਨੂੰ ਸੁਣਾਂਗੇ। ਇਸ ਤਰ੍ਹਾਂ ਮਹਾਰਾਜ ਕਿਰਪਾ ਕਰ ਦਿੰਦੇ ਜੇ ਗਰੀਬਾਂ ਅਨਾਥਾਂ ਤੇਰਾ ਮਾਣਾ। ਸਾਧ ਸੰਗਤ ਜੀ, ਸਾਨੂੰ ਗਰੀਬਾਂ ਨੂੰ ਅਨਾਥਾਂ ਨੂੰ ਕਿਹਦਾ ਮਾਣਾ ਹੈ? ਕਲਗੀਧਰ ਜੀ ਦਾ ਹੀ ਮਾਣ ਹੈ। ਹਾਂਜੀ, ਕਿੰਨਾ ਨਿਹਾਲ ਕੀਤਾ ਸੱਚੇ ਪਾਤਸ਼ਾਹ ਨੇ। ਆਪਾਂ ਵੀ ਕਹੀਏ, ਮਹਾਰਾਜ ਹਮਰੀ ਕਰੋ ਹੱਥ ਦੈ ਰੱਛਾ, ਪੂਰਨ ਹੋਏ ਚਿੱਤ ਕੀ ਇੱਛਾ, ਤਬ ਚਰਨਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤ ਪਾਰਾ। ਜਿਹੜੇ ਬੈਠੇ ਰਹਿੰਦੇ ਮੇਰ ਪ੍ਰਾਪਤ ਕਰ ਲੈਂਦੇ ਹੋ। ਇਹਦੇ ਤੋਂ ਅੱਗੇ ਪ੍ਰਸੰਗ ਆਪਾਂ ਕੱਲ੍ਹ ਨੂੰ ਸਰਵਣ ਕਰਾਂਗੇ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਆਪ ਜੀ ਖਿਮਾ ਬਖਸ਼ਿਸ਼ ਕਰਨੀ ਜੀ। ਦੋਵੇਂ ਹੱਥ ਜੋੜ ਕੇ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।